ਸੋ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਸਾਰੇ ਹੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਕੈਨੇਡਾ ਵਿੱਚ ਰਹਿਣਗੇ। ਤੇ ਇੱਕ ਵਾਰੀ ਰੀ ਇਵੈਲੂਏਸ਼ਨ ਹੋ ਜਾਣੀ ਚਾਹੀਦੀ ਆ ਆਈਲੈਟਸ ਜਿਹੜੇ ਕਰਕੇ ਆਏ। ਮੈਂ ਤਾਂ ਦੇਖਿਆ ਬਹੁਤ ਜਿਹਨਾਂ ਨੂੰ ਇੰਗਲਿਸ਼ ਬੋਲਣ ਦੀ ਜ਼ੀਰੋ ਜ਼ੀਰੋ ਕਮਿਊਨੀਕੇਸ਼ਨ ਸਕਿੱਲ ਹੈਗੀ ਆ, ਉਹ ਬੰਦੇ ਵੀ ਆਈਲੈਟ ਕਰਕੇ ਆਏ ਹੋਏ ਜੀ। ਇੱਥੇ ਕੀ ਸਟੂਡੈਂਟ ਹੀ ਮਾੜੇ ਆ, ਇਹਨਾਂ 'ਤੇ ਹੀ ਦਾਬਾ ਪੈਂਦਾ, ਹੋਰ ਕਿਸੇ 'ਤੇ ਨਹੀਂ ਪੈਂਦਾ ਇਹਨਾਂ ਤੋਂ, ਗੌਰਮੈਂਟ ਤੋਂ? ਕੀ ਗੌਰਮੈਂਟ ਸੂਰਵਰ ਹੈ ਨਹੀਂ? ਗੌਰਮੈਂਟ ਆਪਣੀ ਸੌਰੀ ਕਿਉਂ ਨਹੀਂ ਮੰਨਦੀ ਵੀ ਸਾਡੇ ਤੋਂ ਗਲਤੀ ਹੋਈ ਆ? ਪਹਿਲਾਂ ਤਾਂ ਸਰਕਾਰ ਨੇ ਧਿਆਨ ਨਹੀਂ ਦਿੱਤਾ ਅਤੇ ਹੁਣ ਆਪਣੀਆਂ ਬੈਡ ਪੋਲਿਸੀਜ਼ ਨੂੰ ਇਸ ਵਕਤ ਇਮੀਗ੍ਰੈਂਟਸ ਦੇ ਮੱਥੇ ਮੜ ਰਹੀ ਹੈ। ਇਹ ਨਹੀਂ ਸੋਚਦੇ ਆਹ ਸਟੂਡੈਂਟ ਆ ਮਗਰ ਪੈ ਗਏ, ਤੁਸੀਂ ਤੁਸੀਂ ਉਹਨਾਂ ਮਗਰ ਕਿਉਂ ਨਹੀਂ ਪੈਂਦੇ, ਉਹਨਾਂ ਨੂੰ ਕੱਟੋ ਪਹਿਲਾਂ। ਅਸਲੀ ਗੱਲ ਹੈਗਾ ਉੱਥੇ ਮੁੱਦਾ, ਸਾਡੇ ਕ੍ਰਿਮੀਨਲ ਨੂੰ ਕੱਢੋ ਬਸ, ਸਾਨੂੰ ਸਟੂਡੈਂਟ ਕੱਢਣ ਦੀ ਲੋੜ ਨਹੀਂ, ਸਾਨੂੰ ਕ੍ਰਿਮੀਨਲ ਨੂੰ ਕੱਢਣ ਦੀ ਲੋੜ। ਇੰਟਰਨੈਸ਼ਨਲ ਸਟੂਡੈਂਟਸ ਨੂੰ ਵਰਤ ਰਹੇ ਨੇ ਕਿ ਜੇਕਰ ਹਾਊਸਿੰਗ ਪ੍ਰੋਬਲਮ ਆਈ ਹੈ ਤਾਂ ਵੀ ਇੰਟਰਨੈਸ਼ਨਲ ਸਟੂਡੈਂਟ ਕਰਕੇ ਆਈ ਹੈ, ਜੇਕਰ ਇਸ ਵਕਤ ਅਫੋਰਡੇਬਿਲਿਟੀ ਦੀ ਪ੍ਰੋਬਲਮ ਹੈ ਤਾਂ ਵੀ ਉਹਨਾਂ ਕਰਕੇ ਹੈ, ਜੇਕਰ ਕ੍ਰਾਈਮ ਵੱਧ ਰਿਹਾ ਤਾਂ ਵੀ ਉਹਨਾਂ ਕਰਕੇ ਵੱਧ ਰਿਹਾ। ਕਿਸੇ ਖਾਲਿਸਤਾਨੀ ਲੜਦੇ ਜੀ ਉਹ ਰਿਫਿਊਜੀ ਬਣ ਗਏ ਇੱਥੇ ਆ ਗਏ ਹੈ, ਉਹਨਾਂ ਤੋਂ ਗਾਂਹ ਤੋਂ ਗਾਂਹ ਵੇਖ ਹੋਏ, ਫਿਰ ਜਿਹੜੀਆਂ ਫੈਮਿਲੀ ਕਲਾਸ ਨਾ 40-40 ਸਾਲ ਦੇ ਹੋ ਗਏ ਤੇ ਉਹ ਹਲੇ 21 ਸਾਲਾਂ ਦੀ ਉਮਰ ਦਿਖਾ ਕੇ ਆਉਂਦੇ ਰਹੇ, ਨਕਲੀ ਵਿਆਹ ਕਰਾ ਕੇ ਆਉਂਦੇ ਰਹੇ, ਆਪਣੇ ਘਰਾਂ ਦੇ ਵਿੱਚ ਹੀ ਆਪਣੀਆਂ ਭੈਣਾਂ ਨਾਲ ਵਿਆਹ ਕਰਾ ਕੇ ਆਉਂਦੇ ਰਹੇ। ਕੈਨੇਡਾ ਸਵਰਗ ਤਾਂ ਹੈ ਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਥੋੜੇ ਜਿਹੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ, ਜਿਸ ਵੇਲੇ ਤੋਂ ਇਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਮੀਗ੍ਰੇਸ਼ਨ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਵੇਂ ਅਤੇ ਸਖ਼ਤ ਰੂਲ ਦੇਖਣ ਨੂੰ ਮਿਲ ਰਹੇ ਨੇ। ਕਿਤੇ ਸਟੂਡੈਂਟ ਵੀਜ਼ਾ ਦੇ ਉੱਤੇ ਕੈਪ ਕਰਨ ਦੀ ਗੱਲ ਆਖੀ ਜਾ ਰਹੀ ਹੈ, ਕਿਤੇ ਵਿਜ਼ਟਰ ਵੀਜ਼ਾ ਦੇ ਉੱਤੇ ਅਤੇ ਕਿਤੇ ਟੈਂਪਰੇਰੀ ਰੈਜ਼ੀਡੈਂਸ ਦੇ ਉੱਤੇ। ਹਾਲ ਹੀ ਦੇ ਵਿੱਚ ਉਹਨਾਂ ਦੀ ਇੱਕ ਹੋਰ ਸਟੇਟਮੈਂਟ ਸਾਹਮਣੇ ਆਈ ਹੈ। ਜਿਵੇਂ ਕਿ ਸਭ ਜਾਣਦੇ ਨੇ ਕਿ ਇਸ ਵਕਤ ਕੈਨੇਡਾ ਦੀਆਂ ਅਲੱਗ ਅਲੱਗ ਪ੍ਰੋਵਿੰਸਸ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਦੇ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਸ ਦੀ ਸਮਾਂ ਸੀਮਾ ਨੂੰ ਥੋੜ੍ਹਾ ਵਧਾਇਆ ਜਾ ਸਕੇ। ਇਸ ਤੋਂ ਇਲਾਵਾ ਪ੍ਰੋਟੈਸਟ ਦੇ ਵਿੱਚ ਇਹ ਵੀ ਮੰਗਾਂ ਰੱਖੀਆਂ ਗਈਆਂ ਨੇ ਕਿ ਪਾਥਵੇ ਟੂ ਪੀ ਆਰ ਇਹਨੂੰ ਥੋੜ੍ਹਾ ਜਿਹਾ ਸੁਖਾਲਾ ਕੀਤਾ ਜਾਵੇ, ਕਿਉਂਕਿ CRS ਸਕੋਰ ਜਿਹੜਾ ਆ ਬਹੁਤ ਜ਼ਿਆਦਾ ਉੱਪਰ ਜਾ ਰਿਹਾ ਅਤੇ ਸਮੇਂ ਸਮੇਂ ਦੇ ਉੱਤੇ ਡਰਾਅ ਨਹੀਂ ਨਿਕਲ ਰਹੇ, ਜਿਸ ਦੇ ਕਰਕੇ ਉਹਨਾਂ ਦਾ ਵਰਕ ਪਰਮਿਟ ਵੀ ਲਗਭਗ ਐਕਸਪਾਇਰ ਹੋਣ ਦੀ ਕਗਾਰ 'ਤੇ ਹੈ। ਜੇਕਰ ਉਹਨਾਂ ਨੂੰ ਵਰਕ ਪਰਮਿਟ ਐਕਸਟੈਂਡ ਕਰਨਾ ਹੈ ਤਾਂ ਇਸ ਦੇ ਲਈ LMIA ਦੀ ਜ਼ਰੂਰਤ ਹੈ, ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਕਰਕੇ ਉਹਨਾਂ ਦੀ ਕਾਫੀ ਜ਼ਿਆਦਾ ਐਕਸਪਲੋਇਟੇਸ਼ਨ ਹੋ ਰਹੀ ਹੈ। ਇਸ ਸਾਲ ਜੋ ਅੰਕੜੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਾਲ 50 ਤੋਂ ਲੈ ਕੇ 70,000 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਨੇ, ਉਹਨਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਅਤੇ ਉਹਨਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਕੈਨੇਡਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਆ, ਅਤੇ ਅਗਲੇ ਸਾਲ ਇਹ ਗਿਣਤੀ ਵੱਧ ਕੇ ਲੱਖਾਂ ਵਿੱਚ ਹੋਣ ਜਾ ਰਹੀ ਹੈ। ਅਜਿਹੇ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਇਹ ਮੰਗਾਂ ਰੱਖੀਆਂ ਜਾ ਰਹੀਆਂ ਨੇ ਅਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ, ਬ੍ਰੈਂਪਟਨ ਦੇ ਵਿੱਚ ਵੀ ਅਜਿਹੇ ਪ੍ਰੋਟੈਸਟ ਸਮੇਂ ਸਮੇਂ 'ਤੇ ਹੋ ਰਹੇ ਨੇ, ਤਾਂ ਉੱਥੇ ਦੂਜੇ ਪਾਸੇ ਪ੍ਰਿੰਸ ਐਡਵਰਡ ਆਈਲੈਂਡ ਦੇ ਬਾਰੇ ਵਿੱਚ ਵੀ ਤੁਹਾਨੂੰ ਪਤਾ ਹੋਏਗਾ, ਜਿੱਥੇ ਕੁਝ ਸਮਾਂ ਪਹਿਲਾਂ ਹੰਗਰ ਸਟ੍ਰਾਈਕ ਤੱਕ ਹੋ ਕੇ ਹਟੀ ਸੀ। ਸੋ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਹੁਣ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਇੱਕ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਨੇ ਸਖ਼ਤ ਲਹਿਜ਼ੇ ਦੇ ਵਿੱਚ ਕਹਿ ਦਿੱਤਾ ਹੈ ਕਿ ਸਟੱਡੀ ਪਰਮਿਟ ਦਾ ਮਿਸਯੂਜ਼ ਨਾ ਕੀਤਾ ਜਾਵੇ ਅਤੇ ਜਿਹੜੇ ਵੀ ਇਸ ਵਕਤ ਸਟੂਡੈਂਟਸ ਕੈਨੇਡਾ ਵਿੱਚ ਸਟੱਡੀ ਪਰਮਿਟ ਦੇ ਉੱਤੇ ਆਏ ਨੇ ਉਹ ਆਪਣੀ ਇੱਥੇ ਆਉਣ, ਪੜ੍ਹਾਈ ਕਰਨ, ਸਕਿੱਲਸ ਸਿੱਖਣ ਅਤੇ ਇਹ ਜਿਹੜੇ ਸਿੱਖੇ ਹੋਏ ਸਕਿੱਲ ਨੇ ਵਾਪਸ ਆਪਣੀ ਕੰਟਰੀ ਦੇ ਵਿੱਚ ਲੈ ਕੇ ਜਾਣ ਅਤੇ ਉੱਥੇ ਇਸ ਦਾ ਫਾਇਦਾ ਚੁੱਕਣ।
ਸੋ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਸਾਰੇ ਹੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਕੈਨੇਡਾ ਵਿੱਚ ਰਹਿਣਗੇ। ਸੋ ਉਹਨਾਂ ਨੇ ਲਗਭਗ ਇਹ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਆ ਕਿ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਿੱਚ ਆਉਂਦੇ ਨੇ ਉਹ PR ਦੀ ਆਸ ਲੈ ਕੇ ਨਾ ਆਉਣ, ਜਿਹੜੇ ਕੁਆਲੀਫਾਈ ਕਰਨਗੇ ਉਹਦੇ ਵਿੱਚੋਂ ਚੁਣਿੰਦਾ ਰਹਿ ਸਕਣਗੇ ਅਤੇ ਬਾਕੀ ਸਭ ਨੂੰ ਪੜ੍ਹਾਈ ਤੋਂ ਬਾਅਦ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਬਾਅਦ ਜੋ ਸਕਿੱਲਸ ਉਹ ਸਿੱਖੇ ਨੇ ਉਸ ਨੂੰ ਲੈ ਕੇ ਵਾਪਸ ਆਪਣੇ ਆਪਣੇ ਮੁਲਕਾਂ ਨੂੰ ਪਰਤਣਾ ਪਏਗਾ। ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਯਾਨੀ ਕਿ ਸਟੱਡੀ ਪਰਮਿਟਸ ਦੀ ਗਿਣਤੀ ਉਸ ਨੂੰ ਵੀ ਘਟਾ ਦਿੱਤਾ ਹੈ ਅਤੇ ਘਟਾ ਕੇ ਇਸ ਸਾਲ ਕਿਹਾ ਜਾ ਰਿਹਾ ਕਿ ਲਗਭਗ 300,000 ਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜਾ ਆ ਸਟੱਡੀ ਪਰਮਿਟ ਕੈਨੇਡਾ ਵਿੱਚ ਪੜ੍ਹਨ ਲਈ ਦਿੱਤੇ ਜਾਣਗੇ, ਜਦਕਿ ਪਿਛਲੇ ਸਾਲ ਇਹ ਗਿਣਤੀ 437,000 ਦੇ ਕਰੀਬ ਸੀ। ਇਹੀ ਨਹੀਂ, ਜਿਸ ਤਰੀਕੇ ਨਾਲ ਕੈਨੇਡਾ ਵਿੱਚ ਜੋਬ ਲੋਸ ਹੋ ਰਿਹਾ, ਲਗਭਗ 6.2%, ਇਫ ਆਈ ਐਮ ਨੋਟ ਰੋਂਗ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, 6.2% ਦੇ ਕਰੀਬ ਜਿਹੜੀ ਇਸ ਵਕਤ ਗੱਲ ਕੀਤੀ ਜਾ ਰਹੀ ਹੈ ਕਿ ਅਨਇੰਪਲੋਇਮੈਂਟ ਰੇਟ ਹੈ, ਇਸ ਨੂੰ ਵੀ ਘੱਟ ਕਰਨ ਲਈ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਦੇ ਨਾਲ ਨਾਲ ਉਹ ਕੋਸ਼ਿਸ਼ ਕਰਨਗੇ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਦੀ ਗਿਣਤੀ ਨੂੰ ਵੀ ਘਟਾਇਆ ਜਾਵੇ ਅਤੇ ਘਟਾ ਕੇ 5% ਕੀਤਾ ਜਾਵੇ ਪਾਪੂਲੇਸ਼ਨ ਦਾ, ਜੋ ਕਿ ਇਸ ਵਕਤ 7% ਦੇ ਕਰੀਬ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਇਸ ਵਕਤ ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਨੇ 2022 ਵਿੱਚ ਜਿੱਥੇ ਇਹ ਗਿਣਤੀ 132,000 ਸੀ ਅਤੇ ਇਹ ਗਿਣਤੀ ਜਿਹੜੀ ਆ ਪਿਛਲੇ 4 ਸਾਲਾਂ ਦੇ ਮੁਕਾਬਲੇ 78% ਤੱਕ ਵਧੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਕਤ ਜੋਬ ਲੋਸ ਵੀ ਬਹੁਤ ਜ਼ਿਆਦਾ ਹੋ ਰਿਹਾ ਅਤੇ ਇਸ ਨੂੰ ਦੇਖਦੇ ਹੋਏ ਯੂਨੀਵਰਸਿਟੀਜ਼ ਨਾਲ ਅਤੇ ਅਲੱਗ ਅਲੱਗ ਪ੍ਰੋਵਿੰਸਿਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਲੇਬਰ ਮਾਰਕੀਟ ਦੇਖੀ ਜਾ ਰਹੀ ਹੈ ਇਸ ਵਕਤ ਕਿਸ ਤਰੀਕੇ ਦੀ ਹੈ ਅਤੇ ਉਸ ਨੂੰ ਆਧਾਰ ਬੰਨ ਕੇ ਹੀ ਸਕਿੱਲਸ ਦੇ ਉੱਤੇ ਡਰਾ ਜਿਹੜੇ ਆ ਉਹ ਕੱਢੇ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਇਸ ਵਕਤ ਕੈਨੇਡਾ ਜੋ ਵੀ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਕਿ ਸਿਰਫ ਜਿਸ ਜਿਸ ਫੀਲਡ ਵਿੱਚ ਉਹਨਾਂ ਨੂੰ ਜ਼ਰੂਰਤ ਹੋਵੇ ਉਸ ਦੇ ਵਿੱਚ ਹੀ ਡਰਾਸ ਕੱਢੇ ਜਾਣ। ਕੱਲ੍ਹ ਵੀ ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇੱਕ ਹੋਰ ਫਾਈਨਲੀ ਡਰਾ ਆਇਆ ਜਿਸ ਦੇ ਵਿੱਚ ਸਕੋਰ ਗਿਆ, CRS ਸਕੋਰ ਸੀ ਲਗਭਗ 515 ਦੇ ਕਰੀਬ। ਇਹਦੇ ਵਿੱਚ ਇਨਵੀਟੇਸ਼ਨਸ ਭੇਜੇ ਗਏ। ਸੋ ਹੁਣ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਇਹ ਸਖਤੀ ਕੀਤੀ ਜਾ ਰਹੀ ਹੈ ਅਤੇ 2 ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਸਪੈਸ਼ਲੀ ਫੋਰਨ ਸਟੂਡੈਂਟਸ ਨੂੰ ਕੈਨੇਡਾ ਦੀ ਪਾਪੂਲੇਸ਼ਨ ਗਰੋਥ ਨੂੰ ਥੋੜ੍ਹਾ ਜਿਹਾ ਘੱਟ ਕਰਨ ਦੇ ਲਈ, ਆਪਣੀਆਂ ਜੋਬਸ ਬਚਾਉਣ ਦੇ ਲਈ, ਕਿ ਜਿਹੜੇ ਇਸ ਵਕਤ ਸਟੱਡੀ ਪਰਮਿਟ 'ਤੇ ਕੈਨੇਡਾ ਵਿੱਚ ਆ ਰਹੇ ਨੇ ਉਹ ਇਹ ਨਾ ਸਮਝਣ ਕਿ ਸਭ ਨੂੰ ਕੈਨੇਡਾ ਵਿੱਚ PR ਮਿਲੇਗੀ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਆਓ, ਪੜ੍ਹੋ, ਸਟੱਡੀ ਪਰਮਿਟ ਮਿਲਦਾ ਆ, ਸਟੱਡੀ ਕਰੋ ਅਤੇ ਜਿੰਨਾ ਸਮਾਂ ਕੰਮ ਕਰਨ ਦੀ ਇਜਾਜ਼ਤ ਮਿਲਦੀ ਆ ਤੁਸੀਂ ਕੰਮ ਕਰ ਸਕਦੇ ਹੋ, ਪਰ ਇਸ ਉਮੀਦ ਵਿੱਚ ਨਾ ਰਹੋ ਕਿ ਤੁਹਾਨੂੰ ਇੱਥੇ ਪੱਕਾ ਵਸੇਬਾ ਮਿਲੇਗਾ, ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ। ਸੋ ਤੁਸੀਂ ਆਓ, ਪੜ੍ਹੋ ਅਤੇ ਜੋ ਸਕਿੱਲ ਇੱਥੋਂ ਸਿੱਖ ਕੇ ਜਾ ਰਹੇ ਹੋ ਸਿੱਖੋ ਅਤੇ ਆਪਣੇ ਮੁਲਕ ਵਾਪਸ ਜਾਓ, ਉੱਥੇ ਇਸ ਨੂੰ ਯੂਜ਼ ਕਰੋ। ਇਮੀਗ੍ਰੇਸ਼ਨ ਮਿਨਿਸਟਰ ਦੇ ਇਸ ਬਿਆਨਬਾਜ਼ੀ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ? ਮੈਂ ਇਸ ਨਿਊਜ਼ ਨੂੰ ਜਦੋਂ ਦੇਖ ਰਹੀ ਸੀ ਤਾਂ ਇਸ ਨੂੰ ਲੈ ਕੇ ਕੁਝ ਕਮੈਂਟਸ ਵੀ ਨਾਲ ਦੀ ਨਾਲ ਨੀਚੇ ਪੜ੍ਹ ਰਹੀ ਸੀ, ਕਈ ਵਾਰੀ ਵੈਬਸਾਈਟਸ ਦੇ ਨੀਚੇ ਕਮੈਂਟਸ ਵੀ ਹੁੰਦੇ ਆ, ਤਾਂ ਉੱਥੇ ਕੁਝ ਸਟੂਡੈਂਟਸ ਦੇ ਵੱਲੋਂ ਵੀ ਇਹ ਕਮੈਂਟ ਕੀਤੇ ਗਏ ਸੀ ਕਿ ਜਦੋਂ ਸਰਕਾਰ ਇਸ ਵਾਰੀ ਵੀਜ਼ਾ ਜਾਰੀ ਕਰ ਰਹੀ ਸੀ ਅਤੇ ਹੁਣ ਐਡੀ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਾਂ ਫਿਰ ਟੈਂਪਰੇਰੀ ਪਰਮਿਟ ਹੋਲਡਰਸ ਜਿਹੜੇ ਇਕੱਠੇ ਹੋ ਚੁੱਕੇ ਨੇ, ਅਜਿਹੇ ਦੇ ਵਿੱਚ ਪਹਿਲਾਂ ਤਾਂ ਸਰਕਾਰ ਨੇ ਧਿਆਨ ਨਹੀਂ ਦਿੱਤਾ ਅਤੇ ਹੁਣ ਆਪਦੀਆਂ ਬੈਡ ਪੋਲਿਸੀਜ਼ ਨੂੰ ਇਸ ਵਕਤ ਇਮੀਗ੍ਰਾਂਟਸ ਦੇ ਮੱਥੇ ਮੜ ਰਹੀ ਹੈ।
ਇੰਟਰਨੈਸ਼ਨਲ ਸਟੂਡੈਂਟਸ ਦੇ ਮੱਥੇ ਮਾਰ ਰਹੀ ਹੈ। ਪਾਲਿਸੀਜ਼ ਉਹਨਾਂ ਤੋਂ ਹੈਂਡਲ ਨਹੀਂ ਹੋਈਆਂ ਅਤੇ ਸਕੇਪਗੋਟ ਦੇ ਤੌਰ ਦੇ ਉੱਤੇ ਇਸ ਵਕਤ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਵਰਤ ਰਹੇ ਨੇ ਕਿ ਜੇਕਰ ਹਾਊਸਿੰਗ ਪ੍ਰੋਬਲਮ ਆਈ ਹੈ ਤਾਂ ਵੀ ਇੰਟਰਨੈਸ਼ਨਲ ਸਟੂਡੈਂਟ ਕਰਕੇ ਆਈ ਹੈ, ਜੇਕਰ ਇਸ ਵਕਤ ਅਫੋਰਡੇਬਿਲਿਟੀ ਦੀ ਪ੍ਰੋਬਲਮ ਹੈ ਤਾਂ ਵੀ ਉਹਨਾਂ ਕਰਕੇ ਹੈ, ਜੇਕਰ ਕ੍ਰਾਈਮ ਵੱਧ ਰਿਹਾ ਤਾਂ ਵੀ ਉਹਨਾਂ ਕਰਕੇ ਵੱਧ ਰਿਹਾ। ਸੋ ਇਹਦੇ ਵਿੱਚ ਵੀ ਕਈ ਅਲੱਗ ਅਲੱਗ ਮੈਸੇਜਸ ਸਾਹਮਣੇ ਆਏ ਸੀ, ਉੱਥੇ ਕਮੈਂਟਸ ਲਿਖੇ ਹੋਏ ਸੀ, ਜਦਕਿ ਕਈਆਂ ਨੇ ਇਸ ਨੂੰ ਬਹੁਤ ਵਧੀਆ ਕਦਮ ਦੱਸਿਆ। ਤੁਸੀਂ ਹੁਣ ਇਸ ਕਦਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਸ ਜੀ ਸਾਡੇ ਪਹਿਲੇ ਕਾਲਰ ਨੇ, ਜਸ ਜੀ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸੋਚ ਆਪਣੀ ਆਪਣੀ, ਵਿਚਾਰ ਆਪਣੇ ਆਪਣੇ ਜੀ। ਮੇਰੇ ਵਿਚਾਰ ਮਿਲਦੇ ਆ ਮਾਰਕ ਮਿਲਰ ਦੇ ਨਾਲ, ਐਬਸੋਲੂਟਲੀ 100% ਰਾਈਟ ਆ ਬੰਦਾ, ਜੋ ਵੀ ਕਰ ਰਿਹਾ ਵਧੀਆ ਹੀ ਕਰ ਰਿਹਾ। ਜੋ ਤੁਸੀਂ ਆ ਹੁਣੀ ਗੱਲਾਂ ਕਹਿ ਕੇ ਹਟੇ ਆ ਵੀ ਆ ਕ੍ਰਾਈਮ ਵਧਿਆ ਤਾਂ ਏਦਾਂ ਵਧਿਆ, ਤੇ ਸਾਨੂੰ ਵੀ ਇੱਥੇ 3 ਡੈਕੇਡ ਤਾਂ ਹੋ ਗਿਆ ਆ, ਆਹ ਚੀਜ਼ਾਂ ਅਸੀਂ ਕਦੀ ਦੇਖੀਆਂ ਨਹੀਂ ਸੀਗੀਆਂ ਜਿਹੜੀਆਂ ਤੁਸੀਂ ਹੁਣੇ ਡਿਸਕ੍ਰਾਈਬ ਕੀਤੀਆਂ, ਕ੍ਰਾਈਮ ਕਰੂਈਮ ਜਾਂ ਹੋਰ ਕੁਛ ਜੋ ਵੀ ਤੁਸੀਂ ਦੱਸਿਆ ਆ ਇਹ ਪਹਿਲੇ ਨਹੀਂ ਸੀ ਦੇਖਿਆ ਕਦੀ। ਓਕੇ, ਤੇ ਆਪਣੇ ਸਾਰੇ ਕਹਿ ਲਓ ਵੀ ਮੇਰਾ ਕਹਿਣਾ ਇਹ ਆ ਵੀ ਇੱਕ ਵਾਰੀ ਰੀ ਇਵੈਲੂਏਸ਼ਨ ਹੋ ਜਾਣੀ ਚਾਹੀਦੀ ਆ। ਆਈਲੈਟ ਜਿਹੜੇ ਕਰਕੇ ਆਏ ਮੈਂ ਤਾਂ ਦੇਖੇ ਆ ਬਹੁਤ, ਜਿਹਨਾਂ ਨੂੰ ਇੰਗਲਿਸ਼ ਬੋਲਣ ਦੀ ਜ਼ੀਰੋ ਕਮਿਊਨੀਕੇਸ਼ਨ ਸਕਿੱਲ ਹੈਗੀ ਹੈ, ਉਹ ਬੰਦੇ ਵੀ ਆਈਲੈਟ ਕਰਕੇ ਆਏ ਹੋਏ ਜੀ ਇੱਥੇ। ਓਕੇ ਜੀ, ਤੇ ਤੁਸੀਂ ਸਹਿਮਤ ਹੋ ਉਹਨਾਂ ਦੀ ਗੱਲ, ਰੀ ਇਵੈਲੂਏਟ ਹੋਣਾ ਬਹੁਤ ਜ਼ਰੂਰੀ ਆ, ਜਿਹਦੇ ਨਾਲ ਕਲੀਅਰ ਪਿਕਚਰ ਆ ਜਾਣੀ ਆ ਸਾਹਮਣੇ ਕਿਹੜੇ ਐਕਚੁਅਲ ਸਟੂਡੈਂਟ ਹੈਗੇ ਆ ਤੇ ਕਿਹੜੇ ਇੱਥੇ, ਤੁਹਾਨੂੰ ਪਤਾ ਹੀ ਆ, ਹੁਣ ਮੈਂ ਅੱਗੇ ਕਹਿਣਾ ਨਹੀਂ ਚਾਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ ਜਸ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਹੁਣ ਗੱਲ ਕੀਤੀ ਹੈ ਤੇ ਦੂਰ ਤੱਕ ਜਾਏਗੀ, ਥੈਂਕ ਯੂ ਸੋ ਮਚ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ। ਸੋ ਨੈਕਸਟ ਕਾਲਰ ਸਾਡੇ ਨਾਲ ਰਮਨ ਜੀ ਨੇ, ਰਮਨ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਮੈਂ ਇਹੋ ਹੀ ਕਹੂੰਗਾ ਜੀ, ਜੋ ਵੀ ਉਹਨਾਂ ਨੇ ਸਟੈਪ ਲਿਆ ਹੁਣ ਵਧੀਆ ਆ, ਠੀਕ ਆ ਇਹ, ਬਟ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ ਜਾਂ ਜਿਨ੍ਹਾਂ ਦੇ ਜਿੱਦਾਂ ਵਰਕ ਪਰਮਿਟ ਦੀ ਪ੍ਰੋਸੈਸ ਵਗੈਰਾ ਹੋ ਰਹੀਆਂ ਹਨਾ, ਉਹਨਾਂ ਦੀ ਕੁਛ ਨਾ ਕੁਛ ਬਾਂਹ ਫੜ ਲੈਣ, ਉਹਨਾਂ ਨੂੰ ਕਿਤੇ ਨਾ ਕਿਤੇ ਬੰਨੇ ਲਾਉਣ। ਨੈਕਸਟ ਇਕੱਲਾ ਸਟੂਡੈਂਟ ਦੇ ਉੱਤੇ ਨਾ ਮਤਲਬ ਕੈਬ ਲਾਉਣ ਕਿ ਸਟੂਡੈਂਟ ਸਟੱਡੀ ਕਰਨ ਆਊਗਾ, ਜੇ ਉਹਨੂੰ ਵਰਕ ਪਰਮਿਟ ਮਿਲਦਾ ਦੈਟਸ ਓਕੇ, ਅਦਰਵਾਈਜ਼ ਉਹ ਬੈਕ ਹੋਮ ਜਾ ਕੇ ਕੁਛ ਕਰੇ। ਸਟੂਡੈਂਟਸ ਤੋਂ ਇਲਾਵਾ ਹੋਰ ਵੀ ਕਈ ਕੈਟੇਗਰੀਆਂ 'ਚ ਬੰਦੇ ਆ ਇੱਥੇ ਆਉਂਦੇ ਆ, ਸਟੂਡੈਂਟ ਜਿਹੜਾ ਕੋਈ ਆਊਗਾ ਉਹ ਏਡੀ ਛੇਤੀ ਕ੍ਰਾਈਮ ਵੱਲ ਨਹੀਂ ਜਾਂਦਾ, ਲੇਕਿਨ ਆਲਰੇਡੀ ਜਿਹੜੇ ਕੋਈ ਹੋਰ ਪਾਥਵੇਜ਼ ਲੈ ਕੇ ਆਊਗੇ ਜਾਂ ਕੋਈ ਮਚਿਓਰਡ ਬੰਦੇ ਆਉਣਗੇ, ਆਲਰੇਡੀ ਉਹ ਬਹੁਤ ਕੁਛ ਹੰਢਾ ਕੇ ਆਏ ਹੁੰਦੇ ਹਨਾ, ਬੈਕਗਰਾਊਂਡਸ ਕਈ ਤਰ੍ਹਾਂ ਦੀਆਂ, ਕਿਵੇਂ ਕਿਵੇਂ ਤਰ੍ਹਾਂ ਦੀਆਂ। ਸੋ ਆਪਾਂ ਉਹਨੂੰ ਇੱਕ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਕ੍ਰਿਮੀਨਲ ਜੋ ਵੀ ਐਕਟੀਵਿਟੀਜ਼ ਜਾਂ ਇੱਦਾਂ ਕਿਸੇ ਤਰੀਕੇ ਵੱਧ ਰਹੀਆਂ, ਬਟ ਸੇਮ ਥਿੰਗ ਕਿ ਠੀਕ ਆ ਵਧੀਆ ਸਟੈਪ ਆ, ਲੇਕਿਨ ਇਹਦੀ ਅਵੇਅਰਨੈਸ ਉਹਨਾਂ ਕੰਟਰੀਜ਼ ਦੇ ਵਿੱਚ ਵੀ ਹੋਣੀ ਚਾਹੀਦੀ ਆ ਜਿੱਥੋਂ ਇਹਨਾਂ ਨੇ ਬੱਚੇ ਬੁਲਾਉਣੇ ਆ ਜਾਂ ਜਿੱਥੋਂ ਬੱਚੇ ਇੱਥੇ ਆਉਣੇ ਆ ਸਟੱਡੀ ਲਈ, ਕਿਉਂਕਿ ਸਟੱਡੀ ਲਈ ਸਪੈਸ਼ਲ ਇਹਨਾਂ ਨੇ ਅਨਾਊਂਸਮੈਂਟ ਕੀਤੀ ਆ, ਉਹ ਹਜੇ ਵੀ ਅੰਧੇਰੇ ਦੇ ਵਿੱਚ ਹੀ ਉੱਥੇ ਹੋਣਗੇ, ਨਹੀਂ ਕੁਛ ਨਾ ਕੁਛ ਹੋ ਜਾਏਗਾ। ਇਹਨਾਂ ਨੂੰ ਕਲੀਅਰਲੀ ਸਟੇਟ ਮਤਲਬ ਕਿ ਸਟੇਟਮੈਂਟ ਦੇ ਦੇਣੀ ਚਾਹੀਦੀ ਆ ਹਰ ਇੱਕ ਦੀ ਉੱਥੋਂ ਦੀ ਲੋਕਲ ਲੈਂਗੁਏਜ ਦੇ ਵਿੱਚ, ਨਿਊਜ਼ ਪੇਪਰ 'ਚ, ਹਰ ਇੱਕ ਜਗ੍ਹਾ ਕਿ ਤੁਸੀਂ ਆ ਰਹੇ ਹੋ, ਬਿਕੋਜ਼ ਇਹ ਕੰਟਰੀ ਨੂੰ ਮਤਲਬ ਟੋਪ ਆਫ ਦਾ ਲਿਸਟ ਕੰਟਰੀ ਆ ਹਰ ਇੱਕ ਦੇ ਲਈ ਹਨਾ, ਫਰੋਮ ਵੇਰੀਅਸ ਕੰਟਰੀਜ਼ ਦੇ ਵਿੱਚੋਂ। ਤੇ ਸੋ ਇਹ ਗੱਲ ਉੱਥੇ ਤੱਕ ਵੀ ਜਾਣੀ ਚਾਹੀਦੀ, ਇਕੱਲੀ ਕੈਨੇਡਾ ਤੱਕ ਨਹੀਂ ਰਹਿ ਜਾਣੀ ਚਾਹੀਦੀ, ਤਾਂ ਕਿ ਜਿਹੜਾ ਬੰਦਾ ਇੱਥੇ ਆਉਣ ਬਾਰੇ ਸੋਚ ਰਿਹਾ ਜਾਂ ਲੈਂਡ ਹੋਵੇ ਉਹਨੂੰ ਕੁਛ ਪਤਾ ਹੀ ਨਾ ਹੋਵੇ, ਉਹ ਬਾਅਦ 'ਚ ਕਹੇ ਕਿ ਯਾਰ ਮੈਂ ਕੀ ਕਰ ਬੈਠਾ ਹਨਾ ਜੀ। ਬਾਕੀ ਠੀਕ ਆ ਜਿਹੜੇ ਆਏ ਆ, ਲੇਕਿਨ ਉਹਨਾਂ ਨੂੰ ਕਿਸੇ ਬੰਨੇ ਲਾ ਦੇਣ, ਰਾਦਰ ਦੈਨ ਕਿ ਉਹ ਮਤਲਬ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕਿੰਨਾ ਸਾਲ ਬੱਚੇ ਸਟਰਗਲ ਕਰਦੇ, ਜਾਂ ਕੋਈ ਵੀ ਬੰਦ ਆ ਗਿਆ ਇੱਥੇ
ਉਹਨੂੰ ਕਿਸੇ ਬੰਦੇ ਰੋਜੀ ਰੋਟੀ ਦੇ ਲਾ ਦੇਣ, ਵਧੀਆ ਰਹੂਗਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ। ਸੋ ਕੁਝ ਮੈਨੂੰ ਟੈਕਸਟ ਵੀ ਆ ਰਹੇ ਨੇ, ਆਪਾਂ ਮੈਸੇਜਸ ਵੀ ਜ਼ਰੂਰ ਪੜਾਂਗੇ। ਇਹਦੇ ਵਿੱਚੋਂ ਕੁਝ ਇਹ ਵੀ ਹੈ ਕਿ ਹੋਮਲੈਸਨੈਸ ਵੀ ਤਾਂ ਵੱਧ ਰਹੀ ਹੈ, ਪਰ ਇੱਕ ਗੱਲ ਇੱਥੇ ਬੜੀ ਧਿਆਨ ਦੇਣ ਵਾਲੀ ਹੈ ਕਿ ਅੱਜ ਜੇ ਅਸੀਂ ਸਾਰਾ ਕੁਝ ਇੱਕ ਹੀ ਕੈਟੇਗਰੀ ਦੇ ਵਿੱਚ ਰੱਖ ਰਹੇ ਹਾਂ, ਤੋਲ ਰਹੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਆਲਮੋਸਟ 2018-19 ਤੋਂ ਬਾਅਦ ਜਦੋਂ ਦਾ ਪੈਂਡੈਮਿਕ ਆਇਆ, ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਟੂਡੈਂਟ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਐਕਸਪਾਇਰ ਨਹੀਂ ਹੋਇਆ। ਸੋ ਜੇ ਅੱਜ ਇਹ ਹਾਲਾਤ ਹੋਏ ਨੇ, ਇਹਦੇ ਲਈ ਸਰਕਾਰ ਵੀ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਹਰ ਸਾਲ ਜੇ ਤੁਸੀਂ ਸਟੂਡੈਂਟਸ ਬੁਲਾ ਰਹੇ ਹੋ, ਉਸ ਤੋਂ ਬਾਅਦ ਲਗਾਤਾਰ ਪਿਛਲੇ 5 ਸਾਲਾਂ ਤੋਂ ਸਿਰਫ ਬੁਲਾ ਹੀ ਰਹੇ ਹੋ, ਅਤੇ ਤੁਸੀਂ ਉਹਨਾਂ ਨੂੰ ਅੱਗੇ ਦੀ ਅੱਗੇ ਐਕਸਟੈਂਸ਼ਨਸ ਅਤੇ ਐਕਸਟੈਂਸ਼ਨਸ ਦੇ ਰਹੇ ਹੋ, ਤਾਂ ਇਹਦੇ ਵਿੱਚ ਉਹਨਾਂ ਦਾ ਕਿੰਨਾ ਕੁ ਕਸੂਰ ਹੈ? ਜੇ ਹੁਣ ਇੱਥੇ ਆ ਕੇ ਤੁਹਾਨੂੰ ਹਾਊਸਿੰਗ ਦੀ ਪ੍ਰੋਬਲਮ ਹੋ ਰਹੀ ਹੈ, ਜਾਂ ਤੁਹਾਨੂੰ ਹੋਰ ਪ੍ਰੋਬਲਮਸ ਹੋ ਰਹੀਆਂ ਨੇ, ਜੋਬ ਲੋਸ ਹੋ ਰਹੇ ਨੇ, ਪਿਛਲੇ 5 ਸਾਲਾਂ ਦਾ ਜਿਹੜਾ ਕੋਟਾ ਇਕੱਠਾ ਹੋਇਆ ਉਹ ਹੁਣ ਆ ਕੇ ਦਿਖ ਰਿਹਾ। ਨੈਕਸਟ ਕਾਲਰ ਨੇ ਜਸਵੀਰ ਢਿੱਲੋਂ ਜੀ, ਜਸਵੀਰ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਜਿਹੜੀ ਤੁਹਾਡੀ ਗੱਲਾਂ ਮੈਂ ਸੁਣਦਾ ਸੀ ਜੀ, ਮੈਂ ਪਹਿਲੀ ਵਾਰੀ ਆਪਾਂ ਕਾਲ ਕੀਤੀ ਆ, ਤੇ ਮੈਂ ਇਹ ਤੁਹਾਨੂੰ ਕੁਐਸਚਨ ਕਰਨਾ ਚਾਹੁੰਦਾ ਹਾਂ ਬਈ ਕੀ ਸਟੂਡੈਂਟ ਹੀ ਮਾੜੇ ਆ, ਇਹਨਾਂ ਤੇ ਹੀ ਦਾਬਾ ਪੈਂਦਾ, ਹੋਰ ਕਿਸੇ ਤੇ ਨਹੀਂ ਪੈਂਦਾ ਇਹਨਾਂ ਤੋਂ, ਗੌਰਮੈਂਟ ਤੋਂ? ਕੀ ਗੌਰਮੈਂਟ ਕਸੂਰਵਾਰ ਹੈ ਨੀ? ਗੌਰਮੈਂਟ ਆਪਣੀ ਸੌਰੀ ਕਿਉਂ ਨੀ ਮੰਨਦੀ ਬਈ ਮੇਰੇ ਸਾਤੋਂ ਗਲਤੀ ਹੋਈ ਆ? ਕ੍ਰਿਮੀਨਲ ਅੰਦਰ ਵਾੜ ਦਿੱਤੇ, ਕ੍ਰਿਮੀਨਲ ਲੋਕਾਂ ਨੂੰ ਫੋਨ ਕਰਦੇ ਆ, $1,00,000 ਦੇ ਦੋ, $50,000 ਦੇ ਦੋ, $10,000 ਦੇ ਦੋ, $2,000 ਦੇ ਦੋ, ਇਹ ਨੀ ਇਹਨਾਂ ਨੂੰ ਸੁੱਜਦਾ, ਸੁੱਤੇ ਪਏ ਆ। ਉਹ ਸਟੂਡੈਂਟਾਂ ਦਾ ਕੀ ਕਸੂਰ ਆ? ਸਟੂਡੈਂਟ ਦਾ ਜਿਹੜੇ ਹੈਗੇ ਉਹ ਬੱਚੇ ਪੜ੍ਹਨ ਆਏ ਆ, ਪੜ੍ਹ ਕੇ ਕੋਈ ਨੀ ਚਲੇ ਜਾਊਗੇ, ਤੁਸੀਂ ਉਹ ਬਿਆਨ ਕਿਉਂ ਨੀ ਦਿੰਦੇ ਵੇ? ਅਸੀਂ ਕ੍ਰਿਮੀਨਲ ਵਾੜੇ ਅੰਦਰ, ਅਸੀਂ ਕ੍ਰਿਮੀਨਲ ਨੂੰ ਅੰਦਰ ਲਿਆਂਦਾ, ਕਾਲਾਂ ਆਉਣੀਆਂ ਰਾਤਾਂ ਨੂੰ ਬਿਜ਼ਨਸਮੈਨਾਂ ਨੂੰ, ਉਹ ਤੁਹਾਡੇ ਸੁੱਤੇ ਪਏ ਤੁਸੀਂ? ਇਹ ਸਾਰਾ ਜੀ ਜਿਹੜਾ ਭਾਂਡਾ ਜੋ ਮਰਜ਼ੀ ਕਹਿ ਲਓ, ਇਹ ਗੌਰਮੈਂਟ ਫੇਲ ਗੌਰਮੈਂਟ ਵਾ, ਇਹਨੂੰ ਅੱਜ ਕਹਿ ਲਓ ਕੱਲ ਨੂੰ ਕਹਿ ਲਿਓ, ਤੁਸੀਂ ਇੰਗਲੈਂਡ ਵਾਂਗਰ ਜੇ ਹਾਲ ਕਰੂੰਗੇ ਇਸ ਗੌਰਮੈਂਟ ਦਾ ਤਾਂ ਸਵਾਦ ਆਉਣਾ, ਨਹੀਂ ਨਹੀਂ ਸਵਾਦ ਆਉਣਾ, ਇਹ ਕਹਿਣਾ ਬੜਾ ਔਖਾ, ਸਾਨੂੰ ਵੀ ਪਤਾ। ਕ੍ਰਿਮੀਨਲ ਬੰਦਾ ਵਾੜਿਆ ਨੀ ਲੋਕਾਂ ਨੇ, ਜਿਹੜੇ ਇਸ ਵੇਲੇ ਲੋਕਾਂ ਨੂੰ ਕਾਲਾਂ ਕਰਦੇ, ਬਿਜ਼ਨਸਮੈਨਾਂ ਨੂੰ ਕਾਲਾਂ ਕਰਦੇ ਆ, ਸਾਨੂੰ $1,000 ਦੇ ਦੋ, ਸਾਨੂੰ $1,00,000 ਦੇ ਦੋ, ਇਹ ਨੀ ਸੋਚਦੇ ਆ ਸਟੂਡੈਂਟ ਆ ਮਗਰ ਪੈ ਗਏ ਤੁਸੀਂ, ਕਿ ਤੁਸੀਂ ਉਹਨਾਂ ਮਗਰ ਕਿਉਂ ਨੀ ਪੈਂਦੇ? ਉਹਨਾਂ ਨੂੰ ਕੱਢੋ ਪਹਿਲਾਂ, ਅਸਲੀ ਗੱਲ ਹੈਗਾ ਉੱਥੇ ਮੁੱਦਾ, ਸਾਡੇ ਕ੍ਰਿਮੀਨਲ ਨੂੰ ਕੱਢੋ ਬਸ, ਸਾਨੂੰ ਸਟੂਡੈਂਟ ਕੱਢਣ ਦੀ ਲੋੜ ਨੀ, ਸਾਨੂੰ ਕ੍ਰਿਮੀਨਲ ਨੂੰ ਕੱਢਣ ਦੀ ਲੋੜ ਆ। ਜੀ ਜੀ ਜਸਵੀਰ ਜੀ, ਬਹੁਤ ਕੀਮਤੀ ਟਾਈਮ ਦਿੱਤਾ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਕਾਫੀ ਤੁਸੀਂ ਕੰਸਰਨਡ ਇਸ਼ੂ ਜਿਹੜਾ ਰੇਸ ਕੀਤਾ ਆ। ਗੁਰਿੰਦਰ ਜੀ ਨੈਕਸਟ ਕਾਲਰ ਨੇ, ਗੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ। ਕੱਲੇ ਹੁਣ ਜੇ ਸਟੂਡੈਂਟ ਤੁਸੀਂ ਕਹਿ ਦੋ ਗੰਦ ਪਾਇਆ, ਕ੍ਰਿਮੀਨਲ ਪਾਇਆ, ਤੁਸੀਂ ਪੁਰਾਣੇ ਦੇਖ ਲਓ, ਜਿਹੜੇ ਵੀ ਚਾਹੇ 20 ਸਾਲ ਵਾਲੇ ਲਾ ਲਓ, ਜਿਹੜੇ ਹੈਗੇ ਚਾਹੇ 30 ਲਾ ਲਓ, ਚਾਹੇ 40 ਲਾ ਲਓ, ਹਰੇਕ ਜਿਹੜੀ ਵੇਵ ਆਫ ਇਮੀਗ੍ਰੈਂਟ ਸਿਰਫ ਦੇਸੀਆਂ ਦੀ ਗੱਲ ਕਰਦੇ, ਉਹਨਾਂ ਨੇ ਆਪਣੇ ਆਪਣੇ ਉਸ ਸਮੇਂ ਦੇ ਕ੍ਰਾਈਮ ਸਭ ਨੇ ਕੀਤੇ। ਰਾਸੀਆਂ ਵਿੱਚ ਸਟਾਰਟ ਹੋਏ, ਰਿਫਿਊਜੀ ਨਕਲੀ ਰਿਫਿਊਜੀ ਬਣ ਕੇ ਆਏ, ਕੋਈ ਉੱਥੇ ਕਿਸੇ ਖਾਲਿਸਤਾਨ ਨਹੀਂ ਲੜਦੇ ਸੀ, ਉਹ ਰਿਫਿਊਜੀ ਬਣ ਕੇ ਇੱਥੇ ਆ ਗਏ, ਹੈ ਨਾ। ਉਹਨਾਂ ਤੋਂ ਗਾਹ ਤੋਂ ਗਾਹ ਫੇਕ ਹੋਏ, ਫਿਰ ਜਿਹੜੀਆਂ ਫੈਮਿਲੀ ਕਲਾਸ ਨਾ 40-40 ਸਾਲ ਦੇ ਹੋ ਗਏ, ਤੇ ਉਹ ਹਲੇ 21 ਸਾਲਾਂ ਦੀ ਉਮਰ ਤੱਕ ਆ ਕੇ ਆਉਂਦੇ ਰਹੇ,
ਨਕਲੀ ਵਿਆਹ ਕਰਾ ਕੇ ਆਉਂਦੇ ਰਹੇ, ਆਪਣੇ ਘਰਾਂ ਦੇ ਵਿੱਚ ਹੀ ਆਪਣੀਆਂ ਭੈਣਾਂ ਨਾਲ ਵਿਆਹ ਕਰਾ ਕੇ ਆਉਂਦੇ ਰਹੇ, ਉਹਨਾਂ ਦੇ ਕ੍ਰਾਈਮ ਦੇਖ ਲਓ। ਗੁਰਿੰਦਰ ਜੀ, ਇਹਨੂੰ ਆਪਾਂ ਸਟਾਰਟ ਹੋ ਜਾਓ, ਗੁਰਿੰਦਰ ਜੀ ਇਹਨੂੰ ਆਪਾਂ ਨਵੇਂ ਜਾਂ ਪੁਰਾਣੇ ਵਰਸਿਸ ਵਾਲੀ ਸਿਚੁਏਸ਼ਨ ਨਾ ਬਣਾਈਏ ਜੋ ਕੈਨੇਡਾ ਦੇ ਮੌਜੂਦਾ ਹਾਲਾਤ ਜੀ ਜੀ ਪਰ ਹਵਾ ਨਾ ਦਿਓ ਨਾ ਥੋੜੀ ਜਿਹੀ ਕਿ ਜਿਹੜਾ ਕਹਿੰਦੇ ਕਿ ਸਟੂਡੈਂਟ ਮੈਂ ਵੀ ਉਹਨਾਂ ਨੂੰ ਬਾਹਰ ਹੀ ਨਹੀਂ ਕਰਦਾ, ਉਹ ਵੀ ਕ੍ਰਾਈਮ ਕਰਦੇ ਕਿ ਉਹ ਦਿਸਦੇ ਆ ਸਾਹਮਣੇ, ਹੈ ਨਾ, ਬਾਕੀਆਂ ਦੇ ਦਿਸਦੇ ਨਹੀਂ ਗੇ, ਹੈ ਨਾ। ਚਲੋ ਆ ਜਾਂਦਾ ਤੁਸੀਂ ਮਾਰਕ ਮਿਲਰ ਦੀ ਗੱਲ ਕਰਦਾ, ਉਹ ਬੰਦਾ ਹੈਗਾ ਜੀ ਕ੍ਰਿਕਟ, ਠੀਕ ਹੈ ਜੀ। ਕ੍ਰਿਕਟ ਵੀ ਸ਼ਾਇਦ ਘੱਟ ਤੇਜ ਰੰਗ ਚੇਂਜ ਕਰੇ, ਉਹ ਤੋਂ ਵੀ ਜ਼ਿਆਦਾ ਰੰਗ ਚੇਂਜ ਕਰਦਾ ਆ ਉਹ। ਉਹ ਇਸ ਵੇਲੇ ਸਟੇਟਮੈਂਟ ਉਹਦੀ ਤਾਂ ਆਈ ਹੈ ਕਿ ਇਹਨਾਂ ਪੋਲਿੰਗ ਨੰਬਰ ਚਲੇ ਗਏ 20 ਤੋਂ ਵੀ ਥੱਲੇ, 20% ਲਾਰਜ ਕੈਪ ਡਬਲ ਡਿਜਿਟ 20% ਤੋਂ ਵੀ ਉੱਪਰ ਉਹਨਾਂ ਨਾਲ ਹੋ ਗਿਆ, ਤਾਂ ਉਹ ਰਿਐਕਟ ਕਰ ਰਿਹਾ। ਰਿਐਕਟ ਕੀ ਕਰ ਰਿਹਾ ਕਿ ਜਿਹੜੀ ਕਮਿਊਨਿਟੀ, ਜਿਹੜੀ ਵੋਟਿੰਗ ਪਾਪੂਲੇਸ਼ਨ ਆ, ਜਿਹੜੀ ਐਥਨਿਕ ਦੇ ਵਿੱਚ ਆ, ਉਹਨਾਂ ਨੂੰ ਇਹ ਚੁੱਪ ਰਹੀ ਗੱਲ, ਜਿਹੜੇ ਸਟੂਡੈਂਟ ਆ ਉਹਨਾਂ ਕੋਲ ਵੋਟ ਨਹੀਂ ਹੈਗੀ, ਇਸ ਕਰਕੇ ਉਹ ਇੱਕ ਦੂਜੇ ਨੂੰ ਸਾਹਮਣੇ ਖੜੇ ਕਰ ਰਿਹਾ। ਜੇ ਕਰਨੇ ਆ ਨੇ ਬੰਦ ਕਰਨੇ ਆ, ਇਕੱਲੇ ਸਟੂਡੈਂਟਾਂ ਦੇ ਨਹੀਂ, ਜਿਹੜੇ ਇੱਥੇ ਵਿਜ਼ਟਰ ਵੀਜ਼ੇ ਦੇ ਆ ਕੇ ਆਪਣੇ LMIA ਤੇ ਚੇਂਜ ਕਰਵਾ ਕੇ ਰਹਿ ਰਹੇ, ਉਹ ਕਿਹੜੇ ਝੁੰਗੇ ਜੋ ਕਰ ਰਹੇ, ਮੈਨੂੰ ਦੱਸੋ। ਸਾਫ਼ ਸਾਫ਼ ਐਡਾਂ ਆ ਰਹੀਆਂ, ਤੁਸੀਂ ਉਹਨੂੰ ਸਭ ਨੂੰ ਵਰਕ ਵੀਜ਼ੇ ਦੇ ਰਹੇ ਆ, ਰਿਫਿਊਜੀ ਆ ਕੇ ਸਭ ਕੁਛ ਹੋ ਰਿਹਾ, ਉਹਨਾਂ ਨੂੰ ਕਿਉਂ ਨਹੀਂ ਬੰਦ ਹੋ ਰਿਹਾ? ਜਿਹੜੇ ਸਟੂਡੈਂਟ ਆਏ ਉਹਦੇ, ਚਲੋ ਇਕਾਨਮੀ 'ਚ ਪੈਸੇ ਲਾਏ, ਦੂਜਾ ਕਹਿੰਦਾ ਸਕਿੱਲਸ ਲੈ ਕੇ ਵਾਪਸ ਚਲੇ ਜਾਓ। ਇੱਥੇ ਕਿਹੜੀ ਨਿਊਕਲੀਅਰ ਸਾਇੰਸ ਦੀ ਐਜੂਕੇਸ਼ਨ ਦੇ ਰਹੇ ਆ? ਗਲੋਬਲ ਬਿਜ਼ਨਸ ਮੈਨੇਜਮੈਂਟ ਦੇ ਕਰਕੇ ਉੱਦਾਂ ਤਾਂ ਉੱਥੇ ਹਰੇਕ ਜਗ੍ਹਾ ਖੁੱਲ੍ਹੇ ਹੋਏ ਆ, ਗਲੀ ਗਲੀ ਖੁੱਲ੍ਹੇ ਹੋਏ ਆ। ਇਹ ਅੱਖ ਬੰਦ ਕਰਕੇ ਸਭ ਨੂੰ ਪਤਾ ਕਿ ਤੁਸੀਂ ਨਕਲੀ ਐਜੂਕੇਸ਼ਨ ਲੈ ਕੇ PR ਦਾ ਰਾਹ ਸੀਗਾ, ਹੁਣ ਇਹਨਾਂ ਦੇ ਪੁਆਇੰਟ ਪੋਲਿੰਗ ਨੰਬਰ ਡਿੱਗ ਪਏ ਤਾਂ ਹੁਣ ਇਹ ਰੰਗ ਚੇਂਜ ਕਰ ਰਿਹਾ ਜੀ। ਥੈਂਕ ਯੂ ਜੀ ਗੁਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ, ਤੁਹਾਡੇ ਆਪਣੇ ਨਿੱਜੀ ਵਿਚਾਰ ਨੇ, ਪਰ ਗੱਲ ਇਹ ਹੈ ਕਿ ਵੀ ਦਾ ਈਵਨਿੰਗ ਸ਼ੋਅ ਦੇ ਵਿੱਚ ਮੈਂ ਇੱਕ ਖਬਰ ਤੁਹਾਡੇ ਨਾਲ ਸਭ ਨਾਲ ਸਾਂਝੀ ਕੀਤੀ ਸੀ ਕਿ ਵੀ ਕੈਨੇਡਾ ਦੀ ਸਰਕਾਰ ਹੁਣ ਹੋਟਲਸ ਖਰੀਦਣ ਦੇ ਬਾਰੇ ਵਿੱਚ ਸੋਚ ਰਹੀ ਹੈ ਤਾਂ ਜੋ ਰਿਫਿਊਜੀਸ ਨੂੰ ਉੱਥੇ ਠਹਿਰਾਇਆ ਜਾ ਸਕੇ, ਕਿਉਂਕਿ ਇਸ ਵਕਤ ਅਲੱਗ ਅਲੱਗ ਪ੍ਰੋਵਿੰਸਿਸ ਨੂੰ ਪੈਕੇਜਿਸ ਦੇਣੇ ਬਹੁਤ ਔਖਾ ਹੋ ਰਿਹਾ। ਸੋ ਕੋਸ਼ਿਸ਼ ਕੀਤੀ ਗਈ ਕਿ ਇੱਕ ਪਾਸੇ ਰਿਫਿਊਜੀਸ 'ਤੇ ਰੁਕਣ ਲਈ ਜਗ੍ਹਾ ਨਹੀਂ ਬਣ ਪਾ ਰਹੀ ਹੈਗੀ, ਤਾਂ ਹੋਟਲਸ ਜਿਹੜੇ ਆ ਫੈਡਰਲ ਗਵਰਨਮੈਂਟ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਖੁਦ ਕੈਨੇਡੀਅਨਸ ਜਿਹੜੇ ਨੇ ਉਹ ਇਸ ਵਕਤ ਹੋਮਲੈਸਨੈਸ ਦਾ ਸ਼ਿਕਾਰ ਹੋ ਰਹੇ ਨੇ, ਅਤੇ ਤੀਸਰੇ ਪਾਸੇ ਸਟੂਡੈਂਟਸ ਨੂੰ ਹੁਣ ਕਿਹਾ ਜਾ ਰਿਹਾ ਕਿ ਘੱਟੋ ਘੱਟ ਇਸ ਕੈਟੇਗਰੀ ਨੂੰ ਕੰਟਰੋਲ ਕੀਤਾ ਜਾਵੇ। ਸੁਖਵਿੰਦਰ ਜੀ ਨੈਕਸਟ ਕਾਲਰ ਨੇ, ਸੁਖਵਿੰਦਰ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰੇ ਭਰਾ ਬੜੀਆਂ ਵੱਡੀਆਂ ਗੱਲਾਂ ਕਹਿ ਕੇ ਗਏ ਆ, ਸਿਸਟਮ ਨੂੰ ਅਸੀਂ ਅਬਿਊਜ਼ ਕੀਤਾ, ਉੱਥੇ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਰਿਫਿਊਜੀ ਅਸੀਂ ਗਲਤ ਬਣ ਕੇ ਆਏ, ਅਸੀਂ ਗਲਤ ਭੈਣਾਂ ਨਾਲ ਅੱਖਦੇ ਵੀ ਵਿਆਹ ਕਰਾ ਕੇ, ਚਲੋ ਜਿਹਨੇ ਵੀ ਕੀਤਾ। ਸੁਖਵਿੰਦਰ ਜੀ ਆਪਾਂ ਆਪਾਂ ਆਹ ਵਰਸਿਸ ਵਾਲੀ ਸਿਚੁਏਸ਼ਨ ਨਾ ਕਰੀਏ ਕਿ ਵੀ ਨਵਿਆਂ ਨੇ ਕੀ ਕੀਤਾ ਹੈ ਪਰ ਮੈਂ ਆਉਣਾ ਜੀ ਉੱਥੇ ਉੱਥੇ। ਦੇਖੋ ਜਿਹੜਾ ਆਪਾਂ ਨੂੰ ਪਤਾ ਕਿ ਸਰਕਾਰ ਨੇ ਟੂ ਮੱਚ ਖੋਲਤਾ ਸੀਗਾ, ਜ਼ਿੰਮੇਵਾਰ ਤਾਂ ਸਰਕਾਰ ਹੈਗੀ ਹੈ, ਪਰ ਇਹਨਾਂ ਨੂੰ ਸਟੈਪ ਤਾਂ ਚੱਕਣਾ ਹੀ ਪੈਣਾ ਇਸ ਚੀਜ਼ ਦਾ। ਪਰ ਪਹਿਲਾਂ ਸਰਕਾਰ ਨੇ ਇਹ ਵੀ ਨਹੀਂ ਨਾ ਕਿਹਾ ਸੀਗਾ ਕਿ ਜੇ ਤੁਸੀਂ ਸਟੂਡੈਂਟ ਆਓਗੇ ਤਾਂ ਅਸੀਂ ਤੁਹਾਨੂੰ PR ਦੇਵਾਂਗੇ, ਇੱਥੇ ਦੇਖਿਆ ਤਾਂ ਨਹੀਂ ਹੋਇਆ ਸੀ ਹੈਗਾ ਇਹ। ਜੇ ਹੁਣ ਉਹ ਚੇਂਜ ਕਰ ਰਿਹਾ, ਚੇਂਜ ਇਹਨੂੰ ਸਾਰਾ ਸਿਸਟਮ ਹੀ ਕਰਨਾ ਪੈਣਾ, ਹੋਲ ਸਿਸਟਮ ਇਜ਼ ਬ੍ਰੋਕਨ, ਰਾਈਟ। ਸਾਰਾ ਕੁਛ ਟੁੱਟ ਚੁੱਕਿਆ, ਬੇਰੁਜ਼ਗਾਰੀ ਵੱਧ ਗਈ ਹੈ, ਕੰਮ ਲੋਕਾਂ ਕੋਲ ਹੈ ਨਹੀਂ ਗਏ, ਕ੍ਰਾਈਮ ਵੱਧ ਰਿਹਾ ਵਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਰੀਏ ਕੀ। ਸੋ ਜਿਹੜਾ ਵੀ ਉਹ ਸਟੈਪ ਲੈਂਦੇ ਇਟਸ ਆਊਟ ਆਫ ਇਗਨੋਰੈਂਸ, ਦੈਟਸ ਵਾਟ ਆਈ ਵੁੱਡ ਸੇ, ਹਨਾ। ਹੁਣ ਇੰਨੇ ਬੰਦੇ ਆ ਗਏ, ਹੁਣ ਇਹ ਮੈਨੂੰ ਦੱਸੋ ਜੇ ਉਹ ਕਹਿੰਦੇ ਸਟੂਡੈਂਟ ਨੂੰ ਵਾਪਸ ਜਾਣਾ ਪਊਗਾ, ਵਾਪਸ ਕਿਵੇਂ ਘੱਲਣਗੇ ਇਹ? ਉਹ ਬੰਦਾ ਨਹੀਂ ਚੜੂਗਾ ਜਹਾਜ਼, ਕਿੱਦਾਂ ਵਾਪਸ ਘੱਲ ਦੇਣਗੇ? ਉਹ ਅਨਡਾਕੂਮੈਂਟਡ ਬਣ ਜੂਗਾ, ਰਾਈਟ। ਸੋ ਆਈ ਮੀਨ ਜਿਹੜਾ ਸਾਰਾ ਸਿਸਟਮ ਬਰੋਕ ਹੋ ਚੁੱਕਿਆ, ਪਰ ਅਸੀਂ ਵੀ ਤਾਂ ਕਿਤੇ ਜ਼ਿੰਮੇਵਾਰ ਨਾ ਉਹ ਚੀਜ਼ਾਂ ਦੇ ਜਿਹੜਾ ਟੁੱਟਿਆ ਵਾ, ਸਰਕਾਰ ਤਾਂ ਹੈਗੀ ਹੈ। ਮਿਸਯੂਜ਼ ਅਸੀਂ ਵੀ ਬਹੁਤ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਧੰਨਵਾਦ। ਰੌਕੀ ਖਹਿਰਾ ਜੀ ਨੈਕਸਟ ਕਾਲਰ, ਰੌਕੀ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮਿਸਟਰ ਮਿਲਰ ਇਜ਼ ਐਕਚੁਅਲੀ ਯੂ ਨੋ ਦਾ ਪੈਚਿੰਗ ਦਾ ਡੈਮੇਜ ਵਾਲ, ਬਟ ਬਾਈ ਆਲ ਮੀਨਸ ਆਈ ਸਟਿਲ ਸੇ ਇਟਸ ਅ ਗੁੱਡ ਮੂਵ, ਠੀਕ ਹੈ।
ਗੱਲ ਹੋ ਰਹੀ ਹੈਗੀ ਹੈ ਕਿ ਹੁਣ ਜੇ ਕੋਈ ਮੂਵ ਕਰ ਰਿਹਾ, ਜਦੋਂ ਵੀ ਗਵਰਨਮੈਂਟ ਕੁਝ ਵੀ ਸਟੈਪ ਲੈਂਦੀ ਹੈ ਨਾ, ਦੈਨ ਦ ਪੀਪਲ ਸਟਾਰਟ ਕੰਪੇਅਰਿੰਗ ਵਿਦ ਦ ਸੈਕਸ਼ਨਸ, ਦੈਟ ਇਜ਼ ਟੋਟਲੀ ਰੋਂਗ। ਜੇ ਅੱਜ ਸਟੂਡੈਂਟ ਦੀ ਗੱਲ ਕਰ ਰਹੇ ਹੈਗੇ ਨੇ ਤਾਂ ਤੁਸੀਂ ਸਟੂਡੈਂਟ ਬਾਰੇ ਹੀ ਗੱਲ ਕਰੋ। ਹੁਣ ਮੈਂ ਸਟੂਡੈਂਟ ਤੇ ਆਉਂਦਾ ਹੈਗਾ ਵਾ, ਪਹਿਲਾਂ ਉੱਥੇ ਡਿਸਕਲੇਮਰ ਸਾਈਨ ਕਰਕੇ ਆਏ, ਕਿਸੇ ਨੇ ਇਹਨਾਂ ਨੂੰ ਗਰੰਟੀ ਨਹੀਂ ਸੀ ਦਿੱਤੀ ਕਿ ਤੁਸੀਂ ਉੱਥੇ ਸਟੱਡੀ ਵਾਸਤੇ ਜਾ ਰਹੇ ਹੋ, ਐਂਡ ਆਫਟਰ ਦੈਟ ਯੂ ਵਿਲ ਗੈਟ ਦ ਵਰਕ ਪਰਮਿਟ, ਔਰ ਬਾਏ ਆਲ ਮੀਨਸ ਇਫ ਯੂ ਕੁਆਲੀਫਾਈ ਤੁਹਾਨੂੰ ਪੀ ਆਰ ਮਿਲੇਗੀ, ਨਹੀਂ ਕੁਆਲੀਫਾਈ ਕਰਦੇ ਤੁਹਾਨੂੰ ਪੀ ਆਰ ਨਹੀਂ ਮਿਲੇਗੀ। ਫਿਰ ਇਹਦੇ ਵਿੱਚ ਇਹ ਕਹਿਣ ਦੀ ਕੋਈ ਲੋੜ ਨਹੀਂ ਆਲ ਦੋ ਸੈਂਟੀਮੈਂਟ ਫਰੋਮ ਅਵਰ ਸੋਸਾਇਟੀ ਕਮ ਫਰੋਮ ਅਵਰ ਕਮਿਊਨਿਟੀ, ਜੀ ਉਹ ਪੈਸੇ ਲਾ ਕੇ ਆਇਆ, ਜੀ ਉਹ 20 lakh ਲਾ ਕੇ ਆਇਆ, 30 lakh ਲਾ ਕੇ ਆਇਆ, ਇੱਥੇ ਜੋਬ ਕਰ ਰਿਹਾ, ਟੈਕਸ ਪੇ ਕਰ ਰਿਹਾ, ਐਵਰੀਬਾਡੀ ਇਜ਼ ਪੇਇੰਗ ਟੈਕਸ, ਆਈ ਐਮ ਪੇਇੰਗ ਟੈਕਸ, ਯੂ ਆਰ ਪੇਇੰਗ ਟੈਕਸ, ਐਵਰੀਵਨ ਇਜ਼ ਪੇਇੰਗ ਟੈਕਸ, ਦੈਟ ਇਜ਼ ਦ ਸਿਸਟਮ ਆਫ ਕੈਨੇਡਾ, ਰਾਈਟ? ਐਂਡ ਦ ਨਾਓ ਥਿੰਗ ਇਜ਼ ਕਿ ਜੇ ਉਹਨਾਂ ਦੇ ਪੁਆਇੰਟ, ਹੁਣ ਸਿੰਪਲ ਜੀ ਗੱਲ ਹੈ, ਇਹ ਲੋਕੀ 90% ਜੋ ਰੈਸ਼ਨਲ ਲੋਕ ਹੈ ਸਾਰੇ ਇਹੀ ਕਹਿ ਰਹੇ ਸੀ, ਨੋਬਡੀ ਅਗੇਂਸਟ ਦ ਇਮੀਗ੍ਰੇਸ਼ਨ, ਬਟ ਉਹ ਕਹਿ ਰਹੇ ਸੀਗੇ ਕਿ ਸਾਨੂੰ ਜਿਹੜੀ ਇਮੀਗ੍ਰੇਸ਼ਨ ਹੈਗੀ ਹੈ, ਮਤਲਬ ਵੀ ਵਾਂਟ ਅ ਕੁਆਲਿਟੀ ਇਮੀਗ੍ਰੇਸ਼ਨ, ਨੋਟ ਦ ਕੁਆਂਟਿਟੀ ਇਮੀਗ੍ਰੇਸ਼ਨ, ਰਾਈਟ? ਕੁਆਲਿਟੀ ਇਮੀਗ੍ਰੇਸ਼ਨ ਮੀਨਸ ਤੁਸੀਂ ਹੁਣ ਮੰਨ ਲਓ ਤੁਸੀਂ ਕਿਸੇ ਇਗਜ਼ਾਮ ਦੇ ਲਈ ਕੁਆਲੀਫਾਈ ਕਰ ਰਹੇ ਹੈਗੇ ਹੋ, ਯੂ ਹੈਵ ਟੂ ਰਾਈਟ ਦ ਐਗਜ਼ਾਮ, ਇਫ ਯੂ ਕੁਆਲੀਫਾਈ ਯੂ ਗੈਟ ਸਿਲੈਕਟਡ, ਯੂ ਗੈਟ ਦ ਐਡਮਿਸ਼ਨ, ਇਫ ਯੂ ਡੋਂਟ ਗੈਟ, ਇਫ ਯੂ ਆਰ ਨੋਟ ਸਿਲੈਕਟਡ, ਯੂ ਆਰ ਆਊਟ, ਰਾਈਟ? ਸੋ ਸੇਮ ਚੀਜ਼ ਹੋਣੀ ਚਾਹੀਦੀ ਹੈ ਇੱਥੇ ਤੁਹਾਨੂੰ, ਜਿਹੜੀ ਹੁਣ ਇਮੀਗ੍ਰੇਸ਼ਨ ਇੰਨੀ ਇਹਨਾਂ ਨੇ ਲਿਆਂਦੀ, ਉਹ ਜੋ ਗਲਤੀਆਂ ਹੋਈਆਂ, ਆਈ ਡੋਂਟ ਵਾਂਟ ਟੂ ਟਾਕ ਐਨੀਥਿੰਗ ਅਬਾਊਟ ਦੈਟ, ਗੌਰਮੈਂਟ ਨੇ ਕੀ ਗਲਤੀਆਂ ਕੀਤੀਆਂ, ਬਟ ਜੋ ਹੁਣ ਇੱਥੇ ਆ ਚੁੱਕੇ ਨੇ ਉਹਨਾਂ ਨੂੰ ਹੁਣ ਤੁਸੀਂ ਮੈਰਿਟ ਦੇ ਪੈਰਾਮੀਟਰ ਤੇ ਕਰੋ, ਜਿਹੜੇ ਮੈਰਿਟ ਆਉਣਗੇ, ਜਿਹੜੇ ਕੁਆਲੀਫਾਈ ਕਰਨਗੇ, ਔਰ ਗੌਰਮੈਂਟ ਨੂੰ ਜਿਹੜੀ ਚੀਜ਼ ਦੀ ਵੀ ਡਿਮਾਂਡ ਹੈਗੀ ਆ, ਜਿਹੜੇ ਵੀ ਸੈਕਸ਼ਨ 'ਚ ਉਹਨਾਂ ਨੂੰ ਚਾਹੀਦੇ ਨੇ ਬੰਦੇ, ਉੱਥੇ ਉਹ ਜਿਹੜੇ ਕੁਆਲੀਫਾਈ ਕਰਦੇ ਨੇ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਜੋ ਹੈਗੀ ਆ ਵਰਕ ਐਕਸਪੀਰੀਅੰਸ, ਉਹਨਾਂ ਦਾ ਸਕਿੱਲ ਲੈਵਲ ਜੋ ਵੀ ਉਹਦੇ ਨਾਲ ਕੰਪੈਰੀਟਿਵ ਹੈਗਾ, ਉਹਨਾਂ ਨੂੰ ਤੁਸੀਂ ਇਮੀਗ੍ਰੇਸ਼ਨ ਦਿਓ, ਬਾਕੀ ਨੂੰ ਕਹੋ ਓਕੇ ਸਿੰਪਲ ਇਜ਼ ਦਿਸ, ਡਿਸਕਲੇਮਰ ਇਜ਼ ਆਲਰੇਡੀ ਸਾਈਨ ਬਾਈ ਯੂ ਗਾਈਜ਼, ਯੂ ਗਾਈਜ਼ ਆਰ ਹੇਅਰ ਐਜ਼ ਅ ਟੈਂਪਰੇਰੀ ਰੈਜ਼ੀਡੈਂਟ, ਯੂ ਗਾਈਜ਼ ਕੇਮ ਹੇਅਰ ਐਜ਼ ਅ ਸਟੂਡੈਂਟ, ਯੂ ਗਾਈਜ਼ ਗੋਟ ਦਾ ਵਰਕ ਪਰਮਿਟ, ਐਂਡ ਨਾਓ ਯੂ ਗਾਈਜ਼ ਡੋਂਟ ਕੁਆਲੀਫਾਈ ਬਿਕੋਜ਼ ਦਾ ਇਮੀਗ੍ਰੇਸ਼ਨ ਪਾਲਿਸੀ ਕੈਨ ਚੇਂਜ ਐਨੀ ਟਾਈਮ, ਗਵਰਨਮੈਂਟ ਦੇ ਉੱਤੇ ਹੈਗਾ, ਗਵਰਨਮੈਂਟ ਕਦੇ ਵੀ ਇਮੀਗ੍ਰੇਸ਼ਨ ਪਾਲਿਸੀ ਚੇਂਜ ਕਰ ਸਕਦੀ ਹੈ, ਕੋਈ ਗਰੰਟੀ ਨਹੀਂ ਹੈ, ਹਾਂ ਤੁਹਾਨੂੰ ਮਿਲ ਜਾਏ ਇਮੀਗ੍ਰੇਸ਼ਨ, ਮਿਲ ਜਾਏ ਨਹੀਂ ਮਿਲੇਗੀ, ਨਹੀਂ ਮਿਲੇਗੀ, ਜਿਹੜੇ ਕੁਆਲੀਫਾਈ ਕਰਨਗੇ ਉਹਨਾਂ ਨੂੰ ਇਮੀਗ੍ਰੇਸ਼ਨ ਦਿਓ, ਦੂਜਿਆਂ ਨੂੰ ਜੀ। ਰੋਕੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ। ਲਿਸਨਰਸ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੇ ਕਿ ਜਦੋਂ ਆਪਾਂ ਓਪਨ ਲਾਈਨ ਕਰਦੇ ਹਾਂ ਤਾਂ ਇਹ ਡਿਸਕਸ਼ਨ ਦਾ ਪਲੈਟਫਾਰਮ ਹੁੰਦਾ, ਸੋ ਆਪਾਂ ਡਿਬੇਟ 'ਚ ਨਾ ਪਈਏ, ਸੋ ਆਪਣੇ ਆਪਣੇ ਵਿਚਾਰ ਰੱਖ ਸਕਦੇ ਹੋ, ਆਪਣੀ ਜਦ ਤੱਕ ਭਾਸ਼ਾ ਆਪਾਂ ਮਰਿਆਦਾ 'ਚ ਰੱਖ ਰਹੇ ਹਾਂ, ਸਾਰੇ ਵਿਚਾਰਾਂ ਦਾ ਵੈਲਕਮ ਹੈ, ਅਸੀਂ ਕਿਸੇ ਨੂੰ ਹਰਟ ਨਾ ਕਰੀਏ। ਰਾਕੇਸ਼ ਜੀ ਨੈਕਸਟ ਕਾਲਰ ਨੇ, ਰਾਕੇਸ਼ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਵੈਰੀ ਮਚ ਮੈਮ। ਤੁਸੀਂ ਨਾ ਮੁੱਦਾ ਤਾਂ ਬਿਲਕੁਲ ਸਹੀ ਗੱਲ ਆ, ਲੋਕੀ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਜਾਂਦੇ, ਲੇਕਿਨ ਬਿਲਕੁਲ ਸਹੀ ਗੱਲ ਕਹੀ, ਇੱਕ ਪੁਆਇੰਟ ਤਾਂ ਤੁਸੀਂ ਵੀ ਰੇਜ਼ ਕੀਤਾ, ਦੇਖੋ ਸਾਰਿਆਂ ਨੂੰ ਪਤਾ ਹੈ ਦਿਸ ਗਵਰਨਮੈਂਟ ਇਜ਼ ਪ੍ਰਮੋਟਿੰਗ ਅਸਾਇਲਮ ਸੀਕਰਸ, ਇੱਕ ਪਾਸੇ ਉਹਨਾਂ ਨੂੰ ਉਹਨਾਂ ਵਾਸਤੇ ਇੰਤਜ਼ਾਮ ਕੀਤੇ ਜਾ ਰਹੇ, ਰਹਿਣ ਦਾ ਇੰਤਜ਼ਾਮ, ਇਹ ਇਕੱਲੇ ਸਟੂਡੈਂਟ ਦਾ ਮੁੱਦਾ ਹੈ ਹੀ ਨਹੀਂ, ਸਟੂਡੈਂਟ ਨੂੰ ਤੁਸੀਂ ਬਾਨ ਕਰਕੇ ਇਕੱਲੇ ਨਹੀਂ ਕਰ ਸਕਦੇ, ਇੱਕ ਪਾਸੇ ਅਸਾਇਲਮ ਸੀਕਰ ਹੈ, ਇੱਕ ਪਾਸੇ ਤੁਸੀਂ ਦੱਸੋ ਵਿਜ਼ਟਰ ਵੀਜ਼ਾ ਜਿਹੜਾ ਲੈ ਕੇ ਆਉਂਦਾ ਹੈ ਉਹਨੂੰ ਤਾਂ ਪਤਾ ਹੁੰਦਾ ਨਾ ਕਿ ਮੈਂ ਵਾਪਸ ਜਾਣਾ ਵਿਜ਼ਿਟ ਕਰਕੇ, ਇੱਥੇ ਆ ਕੇ ਸੋਰੀ ਟੂ ਸੇ ਤੁਹਾਡੇ ਚੈਨਲ 'ਤੇ ਵੀ ਐਡ ਚੱਲਦੀ ਹੈ ਜੇ ਤੁਸੀਂ ਵਿਜ਼ਿਟਰ ਵੀਜ਼ੇ 'ਤੇ ਆਏ ਹੋ, ਤੁਹਾਡਾ ਜਾਣ ਦਾ ਮੂਡ ਨਹੀਂ ਹੈ, ਪੱਕੇ ਹੋਣਾ ਚਾਹੁੰਦੇ ਹੋ, ਸਾਨੂੰ ਕੰਟੈਕਟ ਕਰੋ, ਇਹ ਜਿਹੜੇ ਲੂਪ ਹੋਲਸ ਨੇ ਇਹ ਕਿਉਂ ਨਹੀਂ ਗਵਰਨਮੈਂਟ ਬੰਦ ਕਰਦੀ? ਜੀ ਸੋਚਣ ਵਾਲੀ ਗੱਲ ਹੈ ਨਾ, ਇਕੱਲੇ ਇੱਕ ਲਾਈਨ ਨੂੰ ਫੜ ਲਿਆ ਤੁਸੀਂ, ਤੁਹਾਨੂੰ ਲੱਗਿਆ ਵੀ ਗਲਤੀ ਹੋ ਗਈ ਬਹੁਤ ਵੱਡੀ, ਸ਼ਾਇਦ ਸਟੂਡੈਂਟ ਨੂੰ ਬੈਨ ਕਰਕੇ, ਅਰੇ ਇਮੀਗ੍ਰੇਸ਼ਨ ਤਾਂ ਸਾਡੀ ਕੰਟਰੀ ਨੂੰ ਚਾਹੀਦੀ ਹੈ, ਔਰ ਯੰਗਸਟਰ ਸਾਡੇ ਕੋਲ ਆ ਰਹੇ, ਵੀ ਸ਼ੁੱਡ ਵੈਲਕਮ ਦੈਮ, ਔਰ ਕੁਛ ਲੈ ਕੇ ਆ ਰਹੇ ਹੈ, ਉਹ ਇਕਨੋਮੀ 'ਚ ਹੈਲਪ ਕਰ ਰਹੇ ਹੋ। ਜੀ ਜੀ ਰਾਕੇਸ਼ ਜੀ, ਅਸਾਇਲਮ ਸੀਕਰ, ਅਸਾਇਲਮ ਸੀਕਰ ਸਾਡੇ ਤੇ ਬਰਡਨ ਹੈ, ਵਿਜ਼ਿਟਰ ਸਾਡੇ ਤੇ ਕੀ ਦੇ ਰਿਹਾ, ਉਹ ਆਨੇ ਬਜ਼ੁਰਗ ਹੈ ਜਾਂ ਜੋ ਵੀ, ਮੈਂ ਕਿਸੇ ਦੇ ਖਿਲਾਫ਼ ਨਹੀਂ ਹੈ, ਲੇਕਿਨ ਇੱਥੇ ਆ ਕੇ ਉਹਨੂੰ ਪ੍ਰਮੋਟ ਕਰਨਾ, ਅਗਰ ਤੁਸੀਂ ਵਿਜ਼ਿਟਰ 'ਤੇ ਆਏ ਹੋ, ਤੁਹਾਡਾ ਮੂਡ ਬਣ ਗਿਆ ਇੱਥੇ ਪੱਕੇ ਹੋਣ ਦਾ, ਅਤੇ ਅਸੀਂ ਤੁਹਾਡੀ ਹੈਲਪ ਕਰਾਂਗੇ, ਕਿਵੇਂ ਕਰੋਗੇ ਜੀ ਹੈਲਪ ਤੁਸੀਂ? ਜੀ ਇਹ ਮੇਰਾ ਇਸ਼ੂ ਹੈਗਾ, ਇਹਦੇ 'ਤੇ ਵੀ ਗੌਰ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਰਾਕੇਸ਼ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਕਾਲ ਕਰਨ ਲਈ। ਦਿਲੀਪ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਦਿਲੀਪ ਜੀ ਬਹੁਤ ਬਹੁਤ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਦੇਖੋ ਜੀ ਇਹ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਨਾ ਪੰਜਾਬ ਦੇ ਲਈ ਦਰਦ ਰੱਖਦੇ ਹੋ ਜੀ, ਇਹ ਬਹੁਤ ਰੱਬ ਦੀ ਤਰਫੋਂ ਬਹੁਤ
ਕੁਛ ਕੁਛ ਲੋਕ ਹੁੰਦੇ ਜਿਹੜੇ ਕਿਸੇ ਲਈ ਦਰਦ ਮਹਿਸੂਸ ਕਰਨ ਐਂਡ ਮੇ ਗੋਡ ਬਲੈਸ ਯੂ ਫੋਰ ਦਿਸ ਤੇ ਬਾਕੀ ਹੈਲੋ ਜੀ 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 ਤੁਹਾਡੀ ਆਵਾਜ਼ ਆ ਰਹੀ ਹੈ ਜੀ ਦੂਸਰੀ ਵਾਰ ਇਹ ਹੈ ਕਿ ਇਹ ਜਿਹੜੀ ਪੋਲਿਸੀਸ ਬਣਦੀ ਹੈ ਨਾ ਇਸ ਟਾਈਮ ਇਸ ਕਰਕੇ ਬਣਦੀ ਜੀ ਪੰਜਾਬ ਤੋਂ ਲੋਕਾਂ ਨੂੰ ਦੇਖੋ ਸਾਰਾ ਪੰਜਾਬ ਉਰੇ ਆਉਣ ਨੂੰ ਬੈਠਾ ਜੀ ਸੱਚਾਈ ਹੈ ਇਹ ਲੇਕਿਨ ਇਹ ਜਿਹੜੀਆਂ ਪੋਲਿਸੀਸ ਨਾਲ ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਥੋੜਾ ਜਿਹਾ ਠੱਲ ਪਾਈ ਜਾਵੇ ਘੱਟ ਲੋਕ ਆਉਣ ਉੱਥੋਂ ਲੇਕਿਨ ਇਹ ਹੋ ਨਹੀਂ ਪਾਉਣਾ ਜੀ ਇਹ ਲੋਕ ਹੋਰ ਆਉਣਗੇ ਜੀ ਜ਼ਿਆਦਾ ਜਿੰਨਾ ਆਪਾਂ ਰੋਕਾਂਗੇ ਨਾ ਪੰਜਾਬ ਤੋਂ ਲੋਕਾਂ ਨੂੰ ਆਉਣ ਲਈ ਉਹਨਾਂ 'ਚ ਹੋਰ ਜ਼ਿਆਦਾ ਉਹ ਵਧੂਗੀ ਵੀ ਯਾਰ ਇਹ ਰੋਕ ਰਹੇ ਨੇ ਤਾਂ ਪਤਾ ਨਹੀਂ ਉੱਥੇ ਕੀ ਹੈ ਔਰ ਵਾਕਈ ਇੱਥੇ ਕੈਨੇਡਾ ਸਵਰਗ ਤਾਂ ਹੈ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਲੇਕਿਨ ਥੋੜ੍ਹੇ ਜਿਹੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਨੇ ਲੇਕਿਨ ਇਹਦੇ ਲਈ ਇੱਥੇ ਦੇ ਗੋਰੇ ਲੋਕ ਜਾਂ ਇੱਥੇ ਦੀ ਗੌਰਮੈਂਟ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਜੀ ਹੈ ਅਸੀਂ ਸਾਰੇ ਆਪ ਹੀ ਜ਼ਿੰਮੇਵਾਰ ਹਾਂ ਜੀ ਇਹਦੇ ਲਈ ਹਾਲਾਤ ਇਸ ਤਰ੍ਹਾਂ ਦੇ ਬਣਾਉਣ ਲਈ ਉਹਦੀ ਵਜ੍ਹਾ ਇਹੀ ਹੈ ਮੈਂ 10 ਸਾਲ ਤੋਂ ਜੀ ਪਹਿਲੇ ਦਿਨ ਤੋਂ ਥੋੜ੍ਹਾ ਰੇਡੀਓ ਸੁਣਦਾ ਜੀ ਅੱਜ ਤੱਕ ਇਹ ਸੁਣਦਾ ਆਇਆ 3-4 ਸਾਲ ਤੱਕ ਕਿ ਪੰਜਾਬ ਨੂੰ ਜੀ ਐਂ ਠੀਕ ਕਰ ਦਿਓ ਪੰਜਾਬ ਨੂੰ ਨਾ ਆਪਾਂ ਸਾਰੀਆਂ ਉਹ ਦਿੰਦੇ ਸੀਗੇ ਵੀ ਪੰਜਾਬ 'ਚ ਆਹ ਕਮੀਆਂ ਨੇ ਇਹਨੂੰ ਐਂ ਠੀਕ ਕਰ ਦਿਓ ਸਾਨੇ ਕਦੇ ਨਾ ਆਪਣੀਆਂ ਕਮੀਆਂ ਇੱਥੇ ਦੇਖੀਆਂ ਨਹੀਂ 20 ਸਾਲ ਤੋਂ ਮੈਂ ਦੇਖ ਰਿਹਾ ਕਿ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਵੀ ਕੈਨੇਡਾ 'ਚ ਪੰਜਾਬੀਆਂ ਦੀਆਂ ਆਹ ਕਮੀਆਂ ਨੇ ਇਹਨੂੰ ਠੀਕ ਕਰ ਲਓ ਔਰ ਅਸੀਂ ਹੈਲੋ ਜੀ ਜੀ ਬਿਲਕੁਲ ਤੁਹਾਡੀ ਆਵਾਜ਼ ਆ ਅਸੀਂ ਦੇਖਦੇ ਨੇ ਸਿਰਫ ਇਹ ਕਿ ਪੰਜਾਬ 'ਚ ਯਾਰ ਆਹ ਕਮੀਆਂ ਨੇ ਉੱਥੇ ਆਹ ਗਲਤ ਹੋ ਰਿਹਾ ਉਹਨੂੰ ਠੀਕ ਕਰੋ ਅੱਛਾ ਮੈਂ ਜਦੋਂ ਮੈਂ 20 ਸਾਲ ਤੋਂ ਮੇਰੀ ਸੋਚ ਉਲਟੀ ਸੀ ਮੈਂ ਸੋਚਦਾ ਯਾਰ ਇਹ ਉਰੇ ਜ਼ਿਆਦਾ ਜ਼ਰੂਰਤ ਹੈ ਠੀਕ ਕਰਨ ਦੀ ਉਹ ਤਾਂ ਆਪਣੇ ਦੇ ਹੁਣ ਉਹ ਛੱਡਿਆ ਇੱਥੇ ਆਪਣੇ ਉੱਥੇ ਕੀ ਲੈਣਾ ਲੇਕਿਨ ਮੈਂ ਕਈ ਵਾਰੀ ਕਹਿ ਦਿੰਦਾ ਸੀਗਾ ਲੇਕਿਨ ਮੇਰੀ ਗੱਲ ਨੂੰ ਉਲਟਾ ਦਿੰਦੇ ਸੀਗੇ ਕਈ ਵਾਰ ਲੋਕ ਪਿੱਛੇ ਹੀ ਪੈ ਜਾਂਦੇ ਸੀਗੇ ਰੇਡੀਓ ਤੇ ਅੱਛਾ ਹੁਣ ਹਾਲਤ ਇਹ ਹੋ ਗਈ ਕਿ ਵੀ ਉਹ ਪੰਜਾਬ ਦੇ ਲੋਕ ਇਹ ਸਮਝ ਗਏ ਕਿ ਵੀ ਇਹ ਤਾਂ ਕੈਨੇਡਾ ਵਾਲੇ ਤਾਂ ਲੋਕ ਬਹੁਤ ਗ੍ਰੇਟ ਨੇ ਯਾਰ ਇਹ ਪੰਜਾਬ ਨੂੰ ਠੀਕ ਕਰਨ ਵਿੱਚ ਚਲੋ ਪੰਜਾਬ ਹੀ ਉੱਥੇ ਲੈ ਚੱਲਦੇ ਆ ਲੋ ਆ ਗਿਆ ਪੰਜਾਬ ਬ੍ਰੈਂਪਟਨ 'ਚ ਬੜੇ ਬੜੇ ਠੇਕੇਦਾਰ ਨੇ ਰੇਡੀਓ ਦੇ ਸਮਾਜ ਦੇ ਕਰ ਲਓ ਠੀਕ ਸਾਨੂੰ ਜੀ ਦਲੀਪ ਜੀ ਜੀ ਆਪਾਂ ਸਿਰਫ ਪੰਜਾਬ ਦੀ ਗੱਲ ਨਾ ਕਰੀਏ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਆ ਸਿਰਫ ਪੰਜਾਬ ਤੋਂ ਹੀ ਨਹੀਂ ਸਟੂਡੈਂਟ ਸਾਰੇ ਠੀਕ ਆ ਕਿ ਤੁਹਾਨੂੰ ਆਪਾਂ ਇਸ ਵਕਤ ਇੱਕ ਕਮਿਊਨਿਟੀ ਦੇ ਵਿੱਚ ਇੱਥੇ ਰਹਿ ਰਹੇ ਹਾਂ ਤਾਂ ਉਹ ਵੱਡੀ ਗਿਣਤੀ ਵਿੱਚ ਦਿਖ ਰਹੇ ਨੇ ਪਰ ਜਿਹੜੇ ਇੱਕ ਵੇ ਬਣਾਇਆ ਗਿਆ ਸਟੱਡੀ ਪਰਮਿਟ ਲੈਣ ਦਾ ਜਿਹੜਾ ਜਿਹੜਾ ਉਸ ਨੂੰ ਕੁਆਲੀਫਾਈ ਕਰ ਰਿਹਾ ਤਾਂ ਉਹ ਹਰ ਕੋਈ ਪਰਸਨ ਆ ਰਿਹਾ ਇਹ ਤਾਂ ਹੁਣ ਸਰਕਾਰ ਨੇ ਵੇਖਣਾ ਜਦੋਂ ਸਟੱਡੀ ਪਰਮਿਟ ਇਸ਼ੂ ਕਰਦੇ ਹੋ ਕਿ ਕੋਈ ਕੋਟਾ ਸਿਸਟਮ ਤੁਸੀਂ ਲਗਾਉਣਾ ਜਾਂ ਕੀ ਕਰਨਾ ਕਿ ਕਿਹੜੇ ਮੁਲਕ ਤੋਂ ਕਿੰਨੇ ਸਟੂਡੈਂਟਸ ਬੁਲਾਏ ਜਾ ਸਕਦੇ ਆ ਸੋ ਸਿਰਫ ਇੱਕ ਰੀਜਨ ਨੂੰ ਆਪਾਂ ਹਾਈਲਾਈਟ ਨਾ ਕਰੀਏ ਗੁਰਿੰਦਰ ਮਾਨ ਨੈਕਸਟ ਕਾਲਰ ਨੇ ਗੁਰਿੰਦਰ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਸਰ ਪਹਿਲਾਂ ਤਾਂ ਆਪਣੇ ਸਾਰੇ ਰੱਬ ਵਰਗੇ ਜਿਹੜੇ ਸਰੋਤੇ ਹੈਗੇ ਉਹਨੂੰ ਇਹੀ ਬੇਨਤੀ ਹੈ ਕਿ ਟੌਪਿਕ ਤੇ ਰਹਿਣ ਦਾ ਬਹੁਤ ਵਧੀਆ ਗੱਲ ਹੈ ਇਹ ਜਿਹੜੀ ਪਾਲਿਸੀ ਹੈਗੀ ਹੈ ਚਲੋ USA ਤੋਂ ਬਹੁਤ ਟਾਈਮ ਤੋਂ ਹੈਗੀ ਹੈ ਤੇ ਅੱਜ ਵੀ ਚੱਲਦੀ ਆ ਰਹੀ ਤੇ ਉਹਨਾਂ ਨੂੰ ਸ਼ਾਇਦ ਇਹਨਾਂ ਨੇ ਫੋਲੋ ਕੀਤਾ ਹੋਵੇ ਤੇ ਤਾਂ ਕਰਕੇ ਪਰ ਅਨਾਊਂਸ ਕਰਨ 'ਚ ਬਹੁਤ ਲੇਟ ਹੋ ਗਏ ਬਟ ਬਹੁਤ ਵਧੀਆ ਫੈਸਲਾ ਹੈਗਾ ਇਹ ਇਹਦੇ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋਊਗਾ ਬਟ ਇਹਦੇ ਨਾਲ ਜੇ ਇਹ ਜਿੱਦਾਂ ਟ੍ਰੇਡ ਸਕਿੱਲ ਹੈਗਾ ਜਾਂ ਸਕਿੱਲ ਜਿੰਨੀਆਂ ਵੀ ਕੈਟਾਗਰੀਜ਼ ਹੈਗੀਆਂ ਉਹਨਾਂ 'ਚ ਸਟੂਡੈਂਟ ਲੈ ਕੇ ਆਉਣ ਜਿਹੜੀ ਕਿ ਕੈਨੇਡਾ ਨੂੰ ਲੋੜ ਆ ਉਹਦੇ ਨਾਲ ਦੋਨੇ ਤਰ੍ਹਾਂ ਹੋ ਸਕਦੇ ਆ ਮਸਲੇ ਹੱਲ ਇੱਕ ਤਾਂ ਜਿਹੜਾ ਫਾਈਨੈਂਸ਼ਲੀ ਆ ਉਹ ਵੀ ਸਪੋਰਟ ਕਰ ਸਕਦਾ ਤੇ ਜਿਹੜਾ ਵਰਕਰ ਦੀ ਲੋੜ ਕੈਨੇਡਾ ਨੂੰ ਹੈਗੀ ਆ ਤੇ ਉਹ ਵੀ ਹੋ ਸਕਦੀ ਆ ਬਾਕੀ ਦੇਖੋ ਜੀ ਸਟੂਡੈਂਟ ਆ ਹੁਣ ਜਿਹੜਾ ਇੱਥੇ ਆਇਆ ਤੇ ਉਹ ਕੋਈ ਗਰੰਟੀ ਨਹੀਂ ਹੈਗੀ ਉਹ ਪਹਿਲਾਂ ਹੀ ਹੁੰਦਾ ਵੀ ਠੀਕ ਆ ਵੀ ਤੁਸੀਂ ਸਟੱਡੀ ਲਈ ਜਾਣਾ ਸਟੱਡੀ ਤੋਂ ਬਾਅਦ ਫਿਰ ਕੁਛ ਨਹੀਂ ਇੱਦਾਂ ਦਾ ਹੈਗਾ ਤੁਸੀਂ PR ਹੋਵੋਗੇ ਜਾਂ ਤੁਹਾਨੂੰ ਵਰਕ ਪਰਮਿਟ ਮਿਲੂਗਾ ਮਿਲੂਗਾ ਉਹ ਚਲੋ ਸਰਕਾਰਾਂ ਦੀ ਪਾਲਿਸੀਜ ਹੈਗੀਆਂ ਚਲੋ ਉਹਦੇ 'ਚ ਹੋ ਗਿਆ ਜੋ ਹੋ ਗਿਆ ਹੁਣ ਜੇ ਇਹ ਫੈਸਲਾ ਕੀਤਾ ਤਾਂ ਬਹੁਤ ਵਧੀਆ ਹੈਗਾ ਇਹਨੂੰ ਵੈਲਕਮ ਕਰਨਾ ਚਾਹੀਦਾ ਨਾ ਕਿ ਇਹਨੂੰ ਨੈਗੇਟਿਵ 'ਚ ਲੈ ਕੇ ਜਾਣਾ ਚਾਹੀਦਾ ਬਟ ਇਹ ਆ ਕਿ ਆਉਂਦੇ ਰਹਿਣ ਸਟੂਡੈਂਟ ਦੈਟਸ ਗੁੱਡ ਪਰ ਵਧੀਆ ਹਿਮਾਂਸ਼ੂ ਜੀ ਇਸ ਗੱਲ ਤੋਂ ਸਹਿਮਤ ਨੇ ਮਿਸਟਰ ਮਾਰਕ ਮਿਲਰ ਦੀ ਪ੍ਰਿੰਸ ਜੀ ਕਹਿ ਰਹੇ ਨੇ ਕਿ ਇਹ ਸੇਮ ਸਟੈਪ 3 ਸਾਲ ਪਹਿਲਾਂ ਲੈਣੇ ਚਾਹੀਦੇ ਸੀ ਜਤਿੰਦਰ ਔਜਲਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ
ਕਾਸਿਮ ਜੀ ਕਹਿ ਰਹੇ ਨੇ ਕਿ ਸਕਿੱਲਸ ਤਾਂ ਕੀ, ਮੈਜੋਰਟੀ ਆਫ ਦੈਮ, ਮੋਸਟ ਆਫ ਦੈਮ ਡੋਂਟ ਗੋ ਟੂ ਕਲਾਸ। ਦਿਵਿਆਂਸ਼ ਜੀ ਕਹਿ ਰਹੇ ਨੇ ਕਿ ਪ੍ਰੀਵੀਅਸ ਇਮੀਗ੍ਰੇਸ਼ਨ ਮਿਨਿਸਟਰ ਸ਼ੋਨ ਫਰੇਜ਼ਰ ਮੈਸਡ ਦਿਸ ਇਮੀਗ੍ਰੇਸ਼ਨ ਸਿਸਟਮ ਟੋਟਲੀ ਐਂਡ ਮਾਰਕ ਮਿਲਰ ਇਜ਼ ਟਰਾਇੰਗ ਟੂ ਸ਼ੋ ਹਾਓ ਦਿਸ ਸਿਸਟਮ ਸ਼ੁੱਡ ਰੀਅਲੀ ਵਰਕ। ਸੋ 5487 ਉਹ ਵੀ ਸਟੈਪ ਨੂੰ ਇਸ ਦੀ ਸ਼ਲਾਘਾ ਕਰ ਰਹੇ ਨੇ, ਮਿਸਟਰ ਮਾਰਕ ਮਿਲਰ ਦੇ ਨਾਲ ਸਹਿਮਤ ਨੇ। ਸੋ 5216 ਕਹਿ ਰਹੇ ਨੇ, ਨਾਓ ਟਰੂਡੋ ਐਂਡ ਹਿਸ ਕੈਬਨਿਟ ਇਜ਼ ਟੂ ਲੇਟ ਬਿਕੋਜ਼ ਡੈਮੇਜ ਆਲਰੇਡੀ ਹੈਪਨਡ, ਐਟ ਲੀਸਟ ਦੇ ਆਰ ਅਵੇਕ ਨਾਓ। ਅਮਰੀਕ ਸੈਣੀ ਜੀ ਕਹਿ ਰਹੇ ਨੇ ਕਿ ਐਟ ਲੀਸਟ ਨਿਊ ਕਮਰਸ ਵਿਲ ਮੇਕ ਐਨ ਇਨਫੋਰਮਡ ਡਿਸੀਜਨ। ਬਿਲਕੁਲ, ਸੋ ਜਿਹੜੇ ਉਹ ਸਬਜ਼ ਬਾਗ ਉੱਥੇ ਪਿੱਛੇ ਮੁਲਕਾਂ ਦੇ ਵਿੱਚ ਦਿਖਾਏ ਜਾਂਦੇ ਨੇ ਏਜੰਟਸ ਦੇ ਵੱਲੋਂ, ਘੱਟੋ ਘੱਟ ਉਸ ਚੀਜ਼ ਨੂੰ ਠੱਲ ਜ਼ਰੂਰ ਪਏਗੀ। ਦਵਿੰਦਰ ਜੀ ਕਹਿ ਰਹੇ ਨੇ, ਆਈ ਐਗਰੀ ਵਿਦ ਮਿਨਿਸਟਰ। ਦਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ। 200 ਕਹਿ ਰਹੇ ਨੇ, ਟੂ ਲੇਟ ਬਟ ਸਟਿਲ 300,000 ਦੇ ਸਟੂਡੈਂਟਸ ਦੀ ਗੱਲ ਕਰ ਰਹੇ ਨੇ, ਇਜ਼ ਅ ਬਿਗ ਨੰਬਰ, ਇਮੀਗ੍ਰੇਸ਼ਨ ਸ਼ੁੱਡ ਬੀ ਟੋਟਲੀ ਪੌਜ਼ ਫੋਰ ਐਟਲੀਸਟ 3 years। ਸੋ ਕੁਝ ਇਹਨਾਂ ਦੀਆਂ ਵੀ ਹੁੰਦੀਆਂ ਨੇ ਜੀ ਮਜਬੂਰੀਆਂ, ਬੁਲਾਉਣਾ ਪੈਂਦਾ ਹੈ। ਐਂਡ ਸਪੈਸ਼ਲੀ ਜਦੋਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਮੀਗ੍ਰੇਸ਼ਨ ਦਾ 1% ਇਹਨਾਂ ਨੂੰ ਇਮੀਗ੍ਰਾਂਟਸ ਬੁਲਾਉਣਾ ਹੀ ਪੈਂਦਾ, ਪਾਪੂਲੇਸ਼ਨ ਦਾ 1%। ਸੋ ਇਹ ਕੈਨੇਡਾ ਦੀ ਪੋਲਿਸੀ ਹੈ। ਦਵਿੰਦਰ ਜੀ ਕਹਿ ਰਹੇ ਨੇ ਕਿ 70% ਜਿਹੜੇ ਬ੍ਰੈਂਪਟਨ 'ਚ ਨੇ ਪੁਰਾਣੇ, ਅਤੇ ਸਟੂਡੈਂਟਸ ਵਰਸਿਸ, ਆਪਾਂ ਜੀ ਇਹ ਸਟੂਡੈਂਟਸ ਵਰਸਿਸ ਵਾਲੀ ਸਿਚੁਏਸ਼ਨ ਆਪਾਂ ਨਾ ਕਰੀਏ ਕ੍ਰੀਏਟ। ਮਨਜਿੰਦਰ ਸੰਧੂ ਜੀ 5638, ਸਨੀ ਸ਼ਰਮਾ, ਸਨੀ ਜੀ 1620, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਰਮਨ ਜੀ, ਮਨਿੰਦਰ ਜੀ, ਮੋਹਿੰਦਰ ਘੁੰਮਣ ਜੀ, ਸੁਰਿੰਦਰਜੀਤ ਜੀ, ਰਾਜਨ ਜੀ, ਮਨਜਿੰਦਰ ਕੌਰ, ਪਰਮਿੰਦਰ ਸਿੰਘ, ਸਰਬਪ੍ਰੀਤ, 7792, ਗੁਰਵਿੰਦਰ ਸੌਂਤ, ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਉਣ ਦੇ ਲਈ। ਅਤੇ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਤੁਹਾਨੂੰ ਅੱਜ, ਦਾ ਗੁੱਡ ਮੋਰਨਿੰਗ ਟੋਰੋਂਟੋ ਸ਼ੋ ਵਿਦ ਤਰਨਜੀਤ ਕੌਰ ਘੁੰਮਣ। ਸੋ ਆਪਣੇ ਕਮੈਂਟਸ ਐਂਡ ਰਿਵਿਊਜ਼ ਦੇਣਾ ਨਾ ਭੁੱਲਿਓ। ਇਸ ਨਾਲ ਹੀ ਫਿਲਹਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਸੁਣਦੇ ਰਹੋ 88.9 ਰੈੱਡ FM।